ਹਾਜ਼ਰ ਹੈ ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਮੈਂ ਹਾਂ ਹਰਮਨਥ ਹਿੰਦ, ਮੇਰੇ ਨਾਲ ਸਪਰਨ ਸਿੰਘ ਟਾਣਾ, ਤੇ ਅੱਜ ਲਗਾਤਾਰ ਤੁਹਾਨੂੰ ਬਰਕਰਾਰ ਰੱਖਦੇ ਹੋਏ ਅਸੀਂ ਦੁਬਾਰਾ ਤੋਂ ਹਾਜ਼ਰ ਹੋ ਗਏ ਹਾਂ। ਪਰ ਅੱਜ ਤੁਸੀਂ ਵੇਖ ਹੀ ਰਹੇ ਹੋਵੋਗੇ ਕਿ ਕੱਲ ਨਾਲੋਂ ਜ਼ਿਆਦਾ ਮਜ਼ਾ ਆਉਣ ਵਾਲਾ, ਕਿਉਂਕਿ ਹੋਰ ਕਈ ਸਾਰੀਆਂ ਗੱਲਾਂ ਅਸੀਂ ਤੁਹਾਡੇ ਨਾਲ ਕਰਨੀਆਂ ਨੇ। ਸੋ ਪਹਿਲਾਂ ਸਪਰਨ ਸਿੰਘ ਟਾਣਾ ਹੋਰਾਂ ਦਾ ਸਵਾਗਤ ਕਰਦੇ ਹਾਂ। ਬਹੁਤ ਮਿਹਰਬਾਨੀ ਜੀ, ਜੀ ਸ਼ੁਕਰੀਆ ਤੁਹਾਡਾ ਜੀ। ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਸਾਰੇ ਦਰਸ਼ਕਾਂ ਨੂੰ ਵੀ, ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ। ਦੇਖੋ ਗੱਲ ਇਹ ਹੈ ਵੀ ਕਈ ਵਾਰ ਨਾ ਮਨ ਤੁਹਾਡਾ ਆਪਣੇ ਆਪ ਮੋਰ ਵਾਂਗੂ ਪਹਿਲਾਂ ਪਾਉਂਦਾ। ਬਿਲਕੁਲ, ਕਈ ਵਾਰ ਨਾ ਤੁਹਾਨੂੰ ਇੰਨਾ ਕੁ ਚੰਗਾ ਲੱਗਦਾ ਵੀ ਸ਼ਬਦ ਬਾਉਣੇ ਪੈ ਜਾਂਦੇ ਆ ਉਹਦੀ ਸਿਫਤ ਕਰਨ ਦੇ ਵਿੱਚ। ਅੱਜ ਉਹੋ ਜਿਹਾ ਮਾਹੌਲ ਬਣਨ ਵਾਲਾ, ਮੈਨੂੰ ਇਸ ਗੱਲ ਦੀ ਪੱਕੀ ਗਰੰਟੀ ਹੈ। ਬਿਲਕੁਲ, ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ, ਕਿਉਂਕਿ ਜਦੋਂ ਅਸੀਂ ਕੱਲ ਅਮਰ ਨੂਰੀ ਜੀ ਦੇ ਨਾਲ ਗੱਲਾਂ ਕੀਤੀਆਂ ਉਹ ਬੜਾ ਹੀ ਚੰਗਾ ਲੱਗਿਆ। ਕਿਉਂ ਲੱਗਿਆ? ਵੀ ਉਹ ਜਿਵੇਂ ਸਾਡੇ ਟੱਬਰ ਦੇ ਜੀ ਆ, ਜਾਂ ਅਸੀਂ ਉਹਨਾਂ ਦੇ ਟੱਬਰ ਦੇ ਜੀ ਆ। ਜਿਵੇਂ ਉਹਨਾਂ ਨੇ ਆਪਣੇ ਗਾਇਕੀ ਦੇ ਸਫ਼ਰ ਬਾਰੇ ਦੱਸਿਆ, ਜਿਸ ਤਰੀਕੇ ਦੇ ਨਾਲ ਉਹਨਾਂ ਨੇ ਮਿੱਠੀਆਂ ਅਤੇ ਸਲੂਣੀਆਂ ਕੱਲ੍ਹ ਗੱਲਾਂ ਦੱਸੀਆਂ, ਅਤੇ ਅਸੀਂ ਫਿਰ ਜਿਵੇਂ ਵਾਅਦਾ ਕਰ ਲਿਆ ਸੀ, ਅਤੇ ਫਿਰ ਵਾਅਦੇ ਦੇ ਵਿੱਚ ਕੁਝ ਨਾ ਕੁਝ ਹੋਰ ਵੀ ਪਾਉਣਾ ਸੀ। ਅੱਜ ਮੀਆਂ ਬੀਵੀ ਦੋਵੇਂ ਜਾਣੇ ਸਾਡੇ ਨਾਲ ਗੱਲਾਂ ਬਾਤਾਂ ਕਰਨਗੇ, ਯਾਨੀ ਕਿ ਅੱਜ ਸੁਰਾਂ ਦੇ ਸਿਕੰਦਰ ਸਰਦੂਲ ਸਿਕੰਦਰ ਅਤੇ ਅਮਰ ਨੂਰੀ ਜੀ ਦੋਵੇਂ ਜਾਣੇ ਸਾਡੇ ਨਾਲ ਨੇ। ਦੋਹਾਂ ਨੂੰ ਪੁੱਛਾਂਗੇ ਵੀ ਤੁਹਾਡਾ ਮੁਹੱਬਤੀ ਤਾਣਾ ਬਣਾ ਕਿਵੇਂ ਰਿਹਾ, ਦੋਹਾਂ ਨੂੰ ਪੁੱਛਾਂਗੇ ਵੀ ਤੁਹਾਡਾ ਗਾਇਕੀ ਦਾ ਸਫ਼ਰ ਕਿਵੇਂ ਰਿਹਾ, ਕਿਵੇਂ ਤੁਹਾਡੀ ਜ਼ਿੰਦਗੀ ਚੱਲਦੀ ਹੈ, ਕੀ ਬਲਬਲੇ ਹੈ ਅਤੇ ਕੀ ਮਿੱਠੀਆਂ ਸਲੂਣੀਆਂ ਯਾਦਾਂ ਜੀ। ਸੋ ਦੁਬਾਰਾ ਤੋਂ ਸਵਾਗਤ ਕਰਦੇ ਹਾਂ ਉਹਨਾਂ ਦਾ। ਭੈਣ ਜੀ ਤੁਹਾਡਾ ਵੀ ਅਤੇ ਬਾਈ ਜੀ ਤੁਹਾਡਾ ਵੀ ਬਹੁਤ ਬਹੁਤ ਅਸੀਂ ਸਵਾਗਤ ਕਰਦੇ ਦਿਲ ਦੀਆਂ ਗਹਿਰਾਈਆਂ 'ਚੋਂ, ਕਿਉਂਕਿ ਤੁਸੀਂ ਇੰਨੇ ਕੀਮਤੀ ਸਮੇਂ ਦੇ ਵਿੱਚੋਂ ਸਾਨੂੰ ਸਮਾਂ ਥੋੜ੍ਹਾ ਜਿਹਾ ਦਿੱਤਾ। ਮਿਹਰਬਾਨੀ। ਸਭ ਤੋਂ ਪਹਿਲਾਂ ਤਾਂ ਪ੍ਰਾਈਮ ਏਸ਼ੀਆ ਪ੍ਰੋਗਰਾਮ ਦੇ ਵਿੱਚ ਚੱਜ ਦਾ ਵਿਚਾਰ ਜਿਹੜਾ ਲੋਕਾਂ ਨੂੰ ਬਹੁਤ ਅੱਜ ਕੱਲ੍ਹ ਪਸੰਦ ਹੈ, ਉਹਦੇ ਜਿੰਨੇ ਵੀ ਵਿਊਜ਼ ਨੇ, ਉਹਨਾਂ ਦੇ ਜਿੰਨੇ ਲਿਸਨਰ ਨੇ, ਸਭ ਨੂੰ ਸਾਡੀ ਪੋਹ ਮਾਘ ਦੀ ਨਿੱਘੀ ਧੁੱਪ ਵਰਗੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ, ਸਲਾਮ ਕਬੂਲ ਹੋਵੇ। ਅਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਇਹੋ ਜਿਹੇ ਰਸ਼ ਦੇ ਵਿੱਚ ਸਾਨੂੰ ਯਾਦ ਕੀਤਾ। ਨਹੀਂ ਜੀ, ਦੇਖੋ ਤੁਸੀਂ ਤਾਂ ਹਮੇਸ਼ਾ ਚੇਤੇ ਦੀ ਸਲੇਟ ਦੇ ਉੱਤੇ ਉੱਕਰੇ ਰਹਿੰਦੇ ਹਾਂ। ਮਿਹਰਬਾਨੀ। ਸਮੇਂ ਦੇ ਰੰਗ ਜਿੰਨੇ ਮਰਜ਼ੀ ਬਦਲਣ, ਪਰ ਤੁਸੀਂ ਸਥਿਰ ਆ, ਤੁਸੀਂ ਪੱਕੇ ਦਿਲਾਂ ਦੇ ਵਿੱਚ ਵਸੇ ਆ ਅਤੇ ਵਸੇ ਰਹੋਗੇ। ਤੁਹਾਡੀਆਂ ਆਵਾਮ ਦੀਆਂ ਦੁਆਵਾਂ, ਚਾਹੁਣ ਵਾਲਿਆਂ ਦੀਆਂ ਬਲੈਸਿੰਗ ਔਰ ਤੁਹਾਡੀਆਂ ਵਿਸ਼ਿਜ਼ ਸਾਡੇ ਨਾਲ ਨੇ, ਉਹ ਜਿੰਨੀ ਦੇਰ ਨਾਲ ਨੇ ਉਨੀ ਦੇਰ ਨਾਲ ਨੇ। ਮੇਰੇ ਵੱਲੋਂ ਵੀ ਇੱਕ ਵਾਰੀ ਫਿਰ ਪ੍ਰਾਈਮ ਏਸ਼ੀਆ ਟੀ ਵੀ ਦੇ ਵਿੱਚ ਚੱਜ ਦਾ ਵਿਚਾਰ ਪ੍ਰੋਗਰਾਮ ਦੇਖਣ ਵਾਲੇ ਸਾਰੇ ਸਾਡੇ ਪਿਆਰੇ ਪਿਆਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪੋਹ ਮਾਘ ਦੀ ਨਿੱਘੀ ਧੁੱਪ ਵਰਗੀ ਸਤਿ ਸ਼੍ਰੀ ਅਕਾਲ। ਟਹਿਣਾ ਵੀਰ ਜੀ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ, ਹਰਮਨ ਜੀ ਸਤਿ ਸ਼੍ਰੀ ਅਕਾਲ ਜੀ। ਅਸੀਂ ਨਾ ਜਦੋਂ ਕੱਲ੍ਹ ਗੱਲਾਂ ਬਾਤਾਂ ਕੀਤੀਆਂ ਭੈਣ ਜੀ ਤੁਹਾਡੇ ਨਾਲ, ਤਾਂ ਸੱਚੀ ਮੁੱਚੀ ਨਾ ਮੈਨੂੰ ਬੜਾ ਹੀ ਚੰਗਾ ਲੱਗਾ। ਜਦੋਂ ਮੈਂ ਕੱਲ੍ਹ ਵੀ ਗੱਲ ਕੀਤੀ ਸੀ ਵੀ ਜਦੋਂ ਨਿੱਕਾ ਹੁੰਦਾ ਦੇਖਦਾ ਹੁੰਦਾ ਸੀ ਨਾ ਸਾਡਾ ਕਾਲਾ ਚਿੱਟਾ ਟੀਵੀ, ਤੇ ਉਦੋਂ ਨਾ ਫਿਰ ਨਛੱਤਰਾ ਸੱਸ ਕੁੱਟਣੀ ਤੇ ਨਿੰਬ ਦਾ ਘੋਟਣਾ ਲਿਆਈ, ਤੇ ਫਿਰ ਮੈਂ ਨਾ ਵੀ ਕਮਾਲ ਹੀ ਹੋਊਗਾ ਜੀ। ਮੈਂ ਤਾਂ ਨਾ ਯਾਦ ਕਰ ਕਰਕੇ ਸਰਸ਼ਾਰ ਹੋਈ ਜਾਂਦਾ। ਅੱਜ ਦੇ ਕਈ ਬੰਦੇ ਸੁਣ ਕੇ ਤਾਂ ਮੈਂ ਸ਼ਰਮਸਾਰ ਹੁੰਦਾ, ਪਰ ਤੁਹਾਡੇ ਗਾਣੇ ਸੁਣ ਕੇ ਸਰਸ਼ਾਰ ਹੁੰਦਾ ਮੈਂ। ਹਾਂ, ਜਦੋਂ ਤੁਸੀਂ ਦੋਨੋਂ ਜਾਣੇ ਇਕੱਠੇ ਬੈਠੇ ਆ ਤਾਂ ਮੈਨੂੰ ਐਂ ਲੱਗਦਾ ਵੀ ਕਲਾ ਦਾ ਸਮੁੰਦਰ ਨਾ ਜਿਹੜਾ ਇਹ ਠਾਠਾ ਮਾਰੀ ਜਾਂਦਾ, ਇਹਨੂੰ ਨੱਕਾ ਨਹੀਂ ਮਾਰਿਆ ਜਾ ਸਕਦਾ, ਇਹਨੂੰ ਮੋੜਿਆ ਨਹੀਂ ਜਾ ਸਕਦਾ, ਇਹ ਆਪਣੇ ਵਹਿਣ ਦੇ ਵਿੱਚ ਵਹੀ ਜਾਂਦਾ। ਗੱਲ ਥੋੜ੍ਹੀ ਜਿਹੀ ਨਿੱਜਤਾ ਤੋਂ ਸ਼ੁਰੂ ਕਰਦੇ ਹਾਂ ਬਾਈ ਜੀ, ਮੇਲ ਕਿਵੇਂ ਹੋਇਆ ਸੀ? ਕਿਹਦਾ? ਦੋਵਾਂ ਦਾ ਹੀ। ਅਸਲ ਦੇ ਵਿੱਚ ਅਸੀਂ ਕਿਹਾ ਮੇਲ ਕਰਾ ਦੇ ਰੱਬਾ, ਮੇਰੇ ਪਾਪਾ ਮਰਹੂਮ ਸ਼੍ਰੀ ਸਾਗਰ ਮਸਤਾਨਾ ਜੀ, ਨੂਰੀ ਹੋਰਾਂ ਦੇ ਫਾਦਰ ਮਰਹੂਮ ਸ਼੍ਰੀ ਰੋਸ਼ਨ ਸਾਗਰ, ਉਹ ਦੋਨੋਂ ਪਗਵਟ ਭਰਾ ਸੀਗੇ। ਅੱਛਾ ਜੀ। ਬਹੁਤ ਕਲੋਜ਼ ਫਰੈਂਡ ਸੀਗੇ, ਔਰ ਇੰਨੇ ਕਲੋਜ਼ ਫਰੈਂਡ ਸੀਗੇ ਵੀ ਮੇਰੇ ਪਾਪਾ ਦਾ ਨਾਮ ਸਾਗਰ ਸਿੰਘ ਅਤੇ ਇਹਨਾਂ ਦੇ ਪਾਪਾ ਦਾ ਨਾਮ ਰੋਸ਼ਨ ਖਾਨ ਸੀਗਾ, ਰੋਸ਼ਨ ਸਿੰਘ, ਅਤੇ ਇਹ ਸਾਗਰ ਦੋਨੋਂ ਇਕੱਠੇ ਹੋ ਗਏ। ਅੱਛਾ। ਉਹ ਦੋ ਸਾਗਰਾਂ ਦੇ ਜਿਹੜੇ ਇੱਕ ਸਾਗਰ ਬਣਿਆ, ਵਾਹ, ਉਹਦੇ ਵਿੱਚੋਂ ਇਹ ਥੋੜ੍ਹੀਆਂ ਥੋੜ੍ਹੀਆਂ ਨਾਲੀਆਂ ਦੀਆਂ ਬੂੰਦਾਂ ਜਿਹੜੀਆਂ ਨਿਕਲੀਆਂ, ਲਹਿਰਾਂ ਦੀਆਂ ਬੂੰਦਾਂ ਨਿਕਲੀਆਂ, ਉਹਦੇ ਵਿੱਚੋਂ ਇਹ ਸਾਨੂੰ ਪਿਆਰ ਉਪਜਿਆ। ਐਕਚੁਲੀ ਜਦੋਂ ਅਸੀਂ ਇੱਕ ਦੂਸਰੇ ਨੂੰ ਦੇਖਿਆ ਵੀ ਨਹੀਂ ਸੀਗਾ। ਅੱਛਾ। ਜੇ ਦੇਖਿਆ ਹੁੰਦਾ ਸ਼ਾਇਦ ਵਿਆਹ ਹੀ ਨਾ ਕਰਦੀ। ਤੇ ਨਹੀਂ, ਵਿਆਹ ਤਾਂ ਮੈਂ ਦੇਖ ਕੇ ਕਰਾਇਆ ਸੀ ਤੁਹਾਡੇ ਨਾਲ। ਅੱਛਾ। ਤੁਹਾਨੂੰ ਦੇਖਿਆ, ਫਿਰ ਤੁਹਾਨੂੰ ਚਾਹਿਆ, ਫਿਰ ਮੈਂ ਅਰਦਾਸ ਕੀਤੀ ਰੱਬ ਦੇ ਅੱਗੇ। ਬਾਈ ਜੀ, ਪਰ ਤੁਸੀਂ ਇਦਾਂ ਕਿਉਂ ਮਹਿਸੂਸ ਕਰਦੇ ਹੋ ਵੀ ਜੇਕਰ ਦੇਖਿਆ ਹੁੰਦਾ ਤਾਂ ਵਿਆਹ ਹੀ ਨਾ ਕਰਾਉਂਦੇ? ਨਹੀਂ, ਤੁਹਾਡੀ ਕਲਾ ਦੇ ਮੂਹਰੇ ਤਾਂ ਸਾਰੀਆਂ ਗੱਲਾਂ ਫਿੱਕੀਆਂ ਪੈ ਜਾਂਦੀਆਂ। ਨਹੀਂ, ਕਿਹੜੀ ਮੈਂ ਦੇਖ, ਨਹੀਂ ਸੋਰੀ, ਬਿਨਾਂ ਦੇਖੇ ਵਿਆਹ ਕਰਾਉਂ ਵੀ ਦੇਖ ਕੇ ਕਰਾਉਂ। ਸੋਰੀ, ਇਦਾਂ ਹੈ ਗੱਲ, ਜਿਹੜੀ ਦੁਨੀਆ ਨਾ ਇਹ ਆਊਟ ਲੁੱਕ ਦੀ ਮਹਤਾਜ ਹੈ। ਇੰਟਰਨਲ ਜਿਹੜੀ ਤੁਹਾਡੀ ਲੁੱਕ ਹੈ ਉਹਨੂੰ ਵੈਰੀ ਰੇਅਰ ਪਰਸਨ ਜਿਹੜੇ ਇੰਟਰਨਲ ਤੁਹਾਡੀ ਲੁੱਕ ਦੇਖਦੇ ਆ, ਫਸਟ ਆਫ ਆਲ ਤੁਹਾਨੂੰ ਦੇਖਦੇ ਵੀ ਤੁਹਾਡੀ ਪਰਸਨੈਲਿਟੀ ਕੀ ਹੈ, ਤੁਸੀਂ ਕਿੱਦਾਂ ਦਾ, ਤੁਹਾਡਾ ਦੇਖਣ ਪਾਖਣ ਬੋਲਣ ਚਾਲਣ ਕਿੱਦਾਂ ਦਾ, ਪਰ ਉਹ ਤਾਂ ਫਨ ਕਰਦੇ ਹਾਂ ਜਸਟ ਜੀ। ਅਤੇ ਅਸੀਂ ਮੇਰੇ ਤਾਇਆ ਜੀ ਦੇ ਬੇਟੇ ਦੀ ਮੈਰਿਜ ਸੀਗੀ, ਔਰ ਇਹ ਦੀਦਾਰ ਸੰਧੂਰਾ ਨਾਲ ਨਹੀਂ, ਦੀਦਾਰ ਸੰਧੂ ਜੀ ਨਾਲ ਨਹੀਂ ਸੀ, ਤੁਸੀਂ ਭੁੱਲ ਗਏ ਸ਼ਾਇਦ।
ਮੈਂ ਤਾਂ ਹਜੇ ਉਦੋਂ ਸਟਰਗਲ ਕਰ ਰਹੀ ਸੀਗੀ, ਛੋਟੀ ਹੋਈ ਸੀਗੀ, ਦੀਦਾਰ ਸੰਧੂ ਜੀ ਨਾਲ ਤਾਂ ਬਹੁਤ ਬਾਅਦ 'ਚੋਂ ਗਈ ਸੀਗੀ ਉਦੋਂ ਆਪਾਂ ਹਜੇ ਆਪਾਂ ਦੋਨੋਂ ਹੀ ਸਟਰਗਲ ਕਰ ਰਹੇ ਸੀ, ਤੁਸੀਂ ਵੀ ਸਟਰਗਲ ਕਰ ਰਹੇ ਸੀ, ਮੈਂ ਵੀ ਸਟਰਗਲ ਕਰ ਰਹੀ ਸੀ। ਰੋਪੜ ਤੋਂ ਆਏ ਜੀ ਤੇ ਮੈਂ ਆਪਣੇ ਪਿੰਡ ਖੇੜੀ ਨੌਜ ਸਿੰਘ ਤੋਂ ਗਿਆ, ਅਸੀਂ ਇੱਕ ਦੂਸਰੇ ਨੂੰ ਦੇਖਿਆ ਨਹੀਂ ਔਰ ਪ੍ਰੋਗਰਾਮ ਕਰਨ ਵਾਸਤੇ ਜਾ ਰਹੇ ਹਾਂ। ਅੱਛਾ, ਕੋਈ ਗਾਣਾ ਰਿਕਾਰਡ ਨਹੀਂ ਸਾਡਾ ਔਰ ਪ੍ਰੋਗਰਾਮ ਕਰਨ ਵਾਸਤੇ ਜਾ ਰਹੇ ਹਾਂ। ਅੱਛਾ, ਤੇ ਜਦੋਂ ਪਹੁੰਚੇ ਉੱਥੇ ਮੈਨੂੰ ਪਹਿਲੀ ਵਾਰ ਵੇਖਿਆ, ਇਹਨੇ ਵੀ ਮੈਨੂੰ ਪਹਿਲੀ ਵਾਰ ਵੇਖਿਆ। ਉਦੋਂ ਅਸੀਂ ਸਦੀਕ ਸਾਹਿਬ ਦੇ, ਮਾਨਕ ਸਾਹਿਬ ਦੇ ਡੋਇਟ ਜਿਹੜੇ ਸੀਗੇ ਅਸੀਂ ਉਹ ਗਾਉਂਦੇ ਹੁੰਦੇ ਸੀਗੇ, ਤੇ ਉਦੋਂ ਚਾਅ ਹੀ ਇੰਨਾ ਸੀਗਾ ਵੀ ਗਾਇਆ ਜਾਵੇ ਸਟੇਜ ਤੇ, ਚੜ੍ਹਨ ਕੌਣ ਦਿੰਦਾ ਸੀ, ਨਵਾਂ ਚਾਅ ਸੀ ਨਾ। ਤੇ ਅਸੀਂ ਉੱਭਰ ਉੱਭਰ ਕੇ ਮਤਲਬ ਡਬਲ ਪਰਫੋਰਮ ਕੀਤਾ ਸੀ, ਆਪਣੇ ਸਦੀਕ ਸਾਹਿਬ ਨੇ ਜਿੰਨਾ ਪਰਫੋਰਮ ਕਰਦੇ ਸੀ ਅਸੀਂ ਉੱਥੇ ਡਬਲ ਕੀਤਾ। ਮਤਲਬ ਇਹ ਕੋਈ ਫਿਕਰ ਹੀ ਨਹੀਂ ਸੀ ਪ੍ਰੋਗਰਾਮ ਫਲੋਪ ਹੋ ਜਾਏਗਾ ਜਾਂ ਹਿੱਟ ਹੋ ਜਾਏਗਾ, ਉੱਥੇ ਹਿੱਟ ਫਲੋਪ ਦਾ ਕੋਈ ਮਤਲਬ ਹੀ ਨਹੀਂ ਸੀਗਾ, ਇੰਜੋਏ ਕੀਤਾ ਸੀ। ਪਰ ਲੋਕ ਕਹਿੰਦੇ ਆ ਵੀ ਤੁਸੀਂ ਏਦਾਂ, ਇਹ ਹੋ ਹੀ ਨਹੀਂ ਸਕਦਾ ਤੁਸੀਂ ਅੱਜ ਹੀ ਮਿਲੇ ਹੋ। ਅੱਛਾ, ਵੀ ਤੁਹਾਡੀਆਂ ਘੱਟ ਤੋਂ ਘੱਟ ਇਹ ਮਹੀਨੇ ਡੇਢ ਮਹੀਨੇ ਦੀਆਂ ਰਿਹਰਸਲ ਹੋਣਗੀਆਂ, ਬਾਈ ਗੋਡ ਅਸੀਂ ਫਸਟ ਟਾਈਮ ਮਿਲੇ ਅੱਜ। ਇਹ ਇਹ ਜਿਹੜੀ ਮੁਹੱਬਤ ਦਾ ਜਿਹੜਾ ਮੁਹੱਬਤ ਦੀ ਸ਼ੁਰੂਆਤ ਨਹੀਂ ਰੱਖੀ ਗਈ, ਨਹੀਂ ਰੱਖੀ ਗਈ। ਸੋ ਹੌਲੀ 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 ਇਹ ਜਿਹੜੀਆਂ ਕੁੜੀਆਂ ਹੁੰਦੀਆਂ ਨਾ, ਇਹ ਮਰ ਜਾਣਗੀਆਂ ਪਰ ਕਹਿੰਦੀਆਂ ਨੇ ਵੀ ਆਈ ਲਵ ਯੂ। ਇਹ ਗੱਲ ਸਹੀ ਆ, ਹੈ ਨਾ, ਅਤੇ ਬੰਦਾ ਕਹਿੰਦਾ ਵੀ ਆਈ ਲਵ ਯੂ, ਆਈ ਲਵ ਯੂ, ਆਈ ਲਵ ਯੂ, ਚੁੱਕੀ ਲਵ ਯੂ ਜੀ, ਇਹ ਤੋਂ ਲੱਭ ਕਿ ਲੱਭਣਾ ਲੱਭਣਾ। ਅਤੇ ਚਲੋ ਥੋੜ੍ਹਾ ਪ੍ਰੋਗਰਾਮ ਸ਼ੁਰੂ ਕੀਤੇ, ਕੈ ਗੁਰੂ ਜੀ ਨਾਲ, ਅਹੋਜਾ ਸਾਹਿਬ ਨਾਲ ਕੰਮ ਸ਼ੁਰੂ ਹੋਇਆ, ਦੋ ਚਾਰ ਐਲਬਮਸ ਆਈਆਂ ਭਾਬੀ ਮੇਰੀ ਗੁਤਕਰ ਦੇ, ਔਰ ਉਸ ਤੋਂ ਵੀ ਪਹਿਲਾਂ ਜਿਹੜਾ ਸੀਗਾ ਉਹ ਅਸੀਂ ਪ੍ਰੈਕਟਿਸ ਕਰਦੇ ਸੀ ਬੈਠੇ। ਅੱਛਾ ਜੀ, ਘਰ ਦਾ ਕੋਲ ਕੋਈ ਹੈ ਨਹੀਂ ਸੀ, ਮੈਂ ਕਿਹਾ ਵੀ ਫਾਇਦਾ ਉਠਾਉਣਾ ਚਾਹੀਦਾ, ਮੈਂ ਕੁਛ ਇਹਨੂੰ ਲਿਖ ਕੇ ਦਿੱਤਾ। ਅੱਛਾ ਜੀ, ਅਤੇ ਇਹਨੇ ਨਾ ਉੱਥੇ ਰੱਬ ਦਾ ਨਾਮ ਲਿਖ ਦਿੱਤਾ। ਅੱਛਾ, ਮੈਂ ਕਿਹਾ ਕਹਿੰਦੀ ਆ ਵੀ ਤੂੰ ਕੀ ਸੋਚੀ ਜਾਂਦਾ ਰੱਬ ਦਾ ਨਾਮ ਲੈ, ਰੱਬ ਰੱਬ ਕਰ। ਅੱਛਾ ਜੀ, ਇਹਨਾਂ ਨੇ ਪ੍ਰਪੋਜ਼ ਕੀਤਾ ਮੈਨੂੰ ਉਹ ਵੀ ਲਿਖ ਕੇ, ਹਿੰਮਤ ਨਹੀਂ ਨਾ ਹੁੰਦੀ ਸੀ ਉਹ ਟਾਈਮ ਇੱਦਾਂ ਦੇ ਸੀਗੇ, ਹੁਣ ਤਾਂ ਮੋਬਾਈਲ ਆ ਨਾ, ਤੁਸੀਂ ਮੋਬਾਈਲ 'ਤੇ ਸਾਰਾ ਲਿਖ ਸਕਦੇ ਹੋ, ਉਦੋਂ ਤਾਂ ਕਾਪੀ ਹੁੰਦਾ ਸੀ। ਇਹ ਸਮਾਂ ਸੀਗਾ ਜੀ ਕਿਹੜੀ ਜਗ੍ਹਾ ਦਾ, ਕਿਹੜੀ ਨੌਸ ਸੀ ਮੇਰੇ ਪਿੰਡ ਨੌਸ? ਅਸੀਂ ਪ੍ਰੈਕਟਿਸ ਕਰ ਰਹੇ ਸੀਗੇ ਡਿਊਟ ਸੌਂਗ, ਅਸੀਂ ਰਿਕਾਰਡ ਕਰਵਾਉਣੇ ਸੀਗੇ। ਅੱਛਾ ਜੀ, ਉਹਦੀ ਪ੍ਰੈਕਟਿਸ ਕਰ ਰਹੇ ਸੀਗੇ, ਅਤੇ ਥੋੜ੍ਹੀ ਜਿਹੀ ਬ੍ਰੇਕ ਹੋਈ ਅਤੇ ਸਾਰੇ ਜਣੇ ਜਿੰਨੇ ਸੀਗੇ ਫੈਮਿਲੀ 'ਚ ਬੈਠੇ, ਆਪਾਂ ਪ੍ਰੈਕਟਿਸ ਕਰ ਰਹੇ ਸੀ, ਉਹ ਸਾਰੇ ਬਾਹਰ ਥੋੜ੍ਹਾ ਆਊਟਿੰਗ ਲਈ ਚਲੇ ਗਏ ਫਰੈਸ਼ ਹੋਣ ਵਾਸਤੇ, ਅਸੀਂ ਦੋਨੋਂ ਇਕੱਲੇ ਰਹਿ ਗਏ, ਨਾ ਇਹ ਉੱਠੇ ਨਾ ਮੈਂ ਉੱਠੀ। ਫਿਰ ਇਹਨਾਂ ਨੇ ਮੌਕਾ ਲੱਭ ਕੇ ਫਿਰ ਲਿਖਿਆ ਨਾ ਕੁਛ, ਮੈਨੂੰ ਕਹਿੰਦੇ ਆਹ ਦੇਖ ਨਾ, ਮੈਂ ਦੇਖਿਆ ਕੀ ਲਿਖਿਆ ਸੀ ਅਗਲੇ ਐਪੀਸੋਡ ਦੱਸਾਂਗੇ। ਤੇ ਮੈਂ ਫਿਰ ਅੱਗੇ ਕੋਈ ਲਿਖਤੀ ਆਇਤ ਲਿਖਤੀ ਹੈ ਨਾ, ਤੇ ਇਹਨਾਂ ਨੇ ਫਿਰ ਕਿਹਾ ਹਾਂ, ਕਹਿੰਦੇ ਬਹੁਤ ਵਧੀਆ, ਪਰ ਕਹਿੰਦੇ ਵੀ ਜੋ ਮੈਂ ਲਿਖਿਆ ਨਾ ਉਹਦਾ ਜਵਾਬ ਦੇ। ਇਹਨਾਂ ਲਿਖਿਆ ਸੀ ਆਈ ਲਵ ਯੂ, ਤੇ ਅੱਗੇ ਕੀ ਲਿਖੀ ਸੀ ਦੂਸਰੀ ਲਾਈਨ? ਇਹਦੇ ਵਿੱਚੋਂ ਕੀ ਲੱਭ ਜੂ? ਚਲੋ ਜੀ, ਉੱਥੇ ਯੂ ਲਵ ਮੀ ਸ਼ੁਰੂ ਹੋ ਗਈ। ਇਹਨਾਂ ਲਿਖਿਆ ਯੂ ਲਵ ਮੀ ਜੀ, ਬਸ ਚਲੋ ਛੱਡੋ ਇਹ ਗੱਲਾਂ, ਨਹੀਂ ਨਹੀਂ ਅੱਜ ਦੇ ਜ਼ਮਾਨੇ 'ਚ ਨਹੀਂ। ਫਿਰ ਜਦੋਂ ਫਿਰ ਮੈਂ ਕੀ ਲਿਖਿਆ ਸੀ ਦੱਸੋ, ਨਹੀਂ ਦੱਸ ਹੀ ਦਿਓ ਭਾਜੀ, ਇਹ ਵੀ ਫਿਰ ਮੈਂ ਉਸ ਤੋਂ ਲਾਈਨ 'ਚ ਕੀ ਲਿਖਿਆ ਫਿਰ ਦੱਸੋ। ਉਹ ਕਹਿੰਦੀ ਕਬੂਲ ਹੈ, ਕਬੂਲ ਹੈ, ਕਬੂਲ ਹੈ, ਕੰਨੇ ਦਾ ਜੋ ਮੁੰਡਾ ਸਰਦੂਲ ਹੈ, ਕਹਿੰਦੀ ਕਬੂਲ ਹੈ, ਕਬੂਲ ਹੈ। ਵਾਹ, ਕੀ ਬਾਤ, ਕੀ ਬਾਤ ਹੈ। ਤੇ ਰੋਪੜ ਦੀ ਕੰਨਿਆ ਜੋ ਨੂਰੀ ਹੈ ਉਹਨੂੰ ਵੀ ਵਿਆਹਣਾ ਮਜਬੂਰੀ ਹੈ। ਮਜਬੂਰੀ ਕਿਉਂ? ਮਜਬੂਰੀ ਕਿਉਂ? ਤੁਸੀਂ ਤਾਂ ਨਹੀਂ, ਮਜ਼ਾਕ ਸਿਰ ਕਰ ਰਹੇ ਹੋ। ਪ੍ਰਪੋਜ਼ ਤਾਂ ਤੁਸੀਂ ਕੀਤਾ, ਮਜਬੂਰੀ ਕਿਸ ਚੀਜ਼ ਦੀ? ਉਹ ਫਿਰ ਮਜਬੂਰੀ ਵੀ ਬਣ ਜਾਂਦੀ ਹੈ ਨਾ, ਜੇ ਤੁਸੀਂ ਤੁਹਾਡੇ ਦਿਲ ਦੀ ਮਜਬੂਰੀ ਹੈ, ਤੁਹਾਡੀ ਰੂਹ ਦੀ, ਤੁਹਾਡੇ ਦਿਲ ਦੀ ਜ਼ਿਹਨ ਦੀ ਮਜਬੂਰੀ ਬਣ ਜਾਂਦਾ ਕੋਈ ਬੰਦਾ, ਫਿਰ ਤੁਹਾਨੂੰ ਕਰਨਾ। ਵਾਹ, ਕੀ ਬਾਤ ਹੈ, ਬੜਾ ਚੰਗਾ ਲੱਗ ਰਿਹਾ ਤੁਹਾਡੇ ਨਾਲ ਗੱਲਬਾਤ ਕਰਕੇ। ਪਰ ਨਾ ਅਸੀਂ ਇਹ ਵੀ ਚਾਹੁੰਦੇ ਹਾਂ ਵੀ ਇਹ ਪਿਆਰ ਸਤਿਕਾਰ ਹਮੇਸ਼ਾ ਬਰਕਰਾਰ ਰਹੇ, ਜਿਵੇਂ ਕਿ ਵਿਆਹ ਤੋਂ ਪਹਿਲਾਂ ਸੀ ਤੇ ਜਿਵੇਂ ਅੱਜ ਹੈ, ਤੇ ਭਵਿੱਖ ਦੇ ਵਿੱਚ ਵੀ ਤੁਹਾਡੀ ਜੋੜੀ ਬਹੁਤ ਲੰਮਾ ਸਮਾਂ ਲੋਕਾਂ ਦੇ ਦਿਲਾਂ ਦੇ ਉੱਤੇ ਰਾਜ ਰਹੇ, ਤੇ ਅਸੀਂ ਇੱਕ ਨਿੱਕਾ ਜਿਹਾ ਵਕਫਾ ਲੈ ਲਈਏ ਤੇ ਅਗਲੀ ਗੱਲਬਾਤ ਕਰਦੇ ਫਿਰ। ਜ਼ਰੂਰ ਜੀ। ਹਾਜ਼ਰ ਹੈ ਜੱਜ ਦਾ ਵਿਚਾਰ।
ਮੈਮ ਤੁਸੀਂ ਬਹੁਤ ਛੋਟੀ ਉਮਰ ਦੇ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ, ਕੁਛ ਕੁ ਗੁੜਤੀ ਦੇ ਵਿੱਚ ਵੀ ਤੁਹਾਨੂੰ ਇਹ ਗੁਣ ਮਿਲੇ, ਪਰ ਪਰਿਵਾਰਕ ਤੌਰ ਦੇ ਉੱਪਰ ਤਾਂ ਤੁਹਾਨੂੰ ਬਹੁਤ ਜ਼ਿਆਦਾ ਹੱਲਾਸ਼ੇਰੀ ਦਿੱਤੀ ਹੋਏਗੀ ਪਰਿਵਾਰ ਨੇ, ਪਰ ਜੇ ਸਮਾਜਿਕ ਤੌਰ 'ਤੇ ਗੱਲ ਕਰੀਏ, ਕਿਉਂਕਿ ਉਹਨਾਂ ਵੇਲਿਆਂ 'ਚ ਇੱਕ ਕੁੜੀ ਦਾ ਗਾਣਾ ਗਾਉਣਾ ਉਹਨੂੰ ਬਹੁਤਾ ਚੰਗਾ ਨਹੀਂ ਸੀ ਮੰਨਿਆ ਜਾਂਦਾ, ਹੈ ਨਾ? ਸੋ ਸਮਾਜਿਕ ਤੌਰ 'ਤੇ ਕੋਈ ਸਮੱਸਿਆਵਾਂ ਸਾਹਮਣੇ ਆਈਆਂ ਉਸ ਵਕਤ? ਨਾ ਹਰਮਨ ਜੀ, ਇਹ ਗਾਉਣਾ ਕੁੜੀ ਦਾ ਉਹ ਵੀ ਇੱਕ ਚੁਣੌਤੀ ਸੀ, ਅਤੇ ਜਿਸ ਤਰੀਕੇ ਦੇ ਨਾਲ ਇਹਨਾਂ ਦਾ ਮਨ ਮਿਲਿਆ, ਜਿਵੇਂ ਦਿਲ ਮਿਲਿਆ, ਇਹ ਵੀ ਸਮਾਜ ਦੇ ਵਿੱਚ ਇੱਕ ਬਹੁਤ ਵੱਡੀ ਚੁਣੌਤੀ ਸੀ। ਅੱਜ ਤਾਂ ਆਪਾਂ ਹਰ ਮੁਹੱਲੇ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਦੇਖਦੇ ਹਾਂ ਵੀ ਉਹਨੇ ਉਹਦੇ ਨਾਲ ਲਵ ਮੈਰਿਜ ਕਰਵਾ ਲਈ। ਹੁਣ ਤਾਂ ਬੜੀ ਮਾੜੀ ਗੱਲ ਆ, ਪਿੰਡਾਂ ਦੇ ਪਿੰਡਾਂ 'ਚ ਕਰਵਾਈ ਜਾਂਦੇ ਆ, ਇਹੋ ਜਿਹਾ ਜ਼ਮਾਨਾ ਬਣ ਗਿਆ। ਪਰ ਉਸ ਵਕਤ ਤੁਹਾਨੂੰ ਕੋਈ ਧੜਕੂ ਜਾ ਵੀ ਗਾਉਣ ਦੇ ਪੱਖੋਂ ਵੀ ਅਤੇ ਨਿੱਜਤਾ ਦੇ ਪੱਖੋਂ ਵੀ ਕਦੇ ਇਹ ਮਹਿਸੂਸ ਜਿਹਾ ਨਹੀਂ ਹੋਇਆ ਸੀ ਸਮਾਜ ਨੇ ਪ੍ਰਵਾਨਗੀ ਦਿੱਤੀ ਸੀ? ਨਹੀਂ, ਇਸ ਐਕਚੁਅਲੀ ਗੱਲ ਤਾਂ ਪਹਿਲਾਂ ਜਿਵੇਂ ਹਰਮਨ ਜੀ ਨੇ ਪੁੱਛਿਆ ਵੀ ਵੀ ਤੁਸੀਂ ਬਚਪਨ ਤੋਂ ਸ਼ੁਰੂ ਕਰ ਦਿੱਤਾ ਸੀਗਾ ਗਾਣਾ, ਉਹ ਛੋਟੀ ਉਮਰ 'ਚ, ਮੈਂ 9 ਸਾਲ ਦੀ ਸੀਗੀ ਜਦੋਂ ਮੈਂ ਗਾਣਾ ਸ਼ੁਰੂ ਕਰ ਦਿੱਤਾ ਸੀਗਾ। ਐਕਚੁਅਲੀ ਮੇਰੇ ਪਾਪਾ ਸਿੰਗਰ ਸੀਗੇ, ਸ਼੍ਰੀ ਰੋਸ਼ਨ ਸਾਗਰ ਜੀ, ਬੜੇ ਵਧੀਆ ਗਾਇਕ ਸੀ, ਬਹੁਤ ਵਧੀਆ ਗਾਇਕ ਸੀ। ਜਿਵੇਂ ਸਰਦੂਲ ਜੀ ਦੱਸ ਰਹੇ ਸੀ ਨਾ ਵੀ ਰੋਸ਼ਨ ਸਾਗਰ, ਵੀ ਇਹਨਾਂ ਦੇ ਡੈਡੀ ਦਾ ਨਾਮ ਵੀ ਸਾਗਰ ਪਿੱਛੇ ਪੈਂਦਾ ਸੀ, ਮੇਰੇ ਪਾਪਾ ਦਾ ਨਾਮ ਜਿਹੜਾ ਸੀਗਾ ਰੋਸ਼ਨ ਸਾਗਰ ਖਾਨ ਸੀ, ਰੋਸ਼ਨ ਖਾਨ ਸੀਗਾ, ਪਰ ਮਸਕੀਨ ਸਾਹਿਬ ਜੀ ਦੇ ਨਾਲ ਉਹਨਾਂ ਦਾ ਬਹੁਤ ਜ਼ਿਆਦਾ ਪਿਆਰ ਮੁਹੱਬਤ ਸੀਗਾ। ਇਕੱਠੇ ਪ੍ਰੋਗਰਾਮ ਕਰਦੇ ਹੁੰਦੇ ਸੀਗੇ, ਮਸਕੀਨ ਸੰਤ ਮਸਕੀਨ ਜੀ ਕਥਾ ਕਰਦੇ ਹੁੰਦੇ ਸੀਗੇ, ਮੇਰੇ ਪਾਪਾ ਧਾਰਮਿਕ ਜਿਵੇਂ ਗਾਣੇ ਗਾਉਂਦੇ ਹੁੰਦੇ ਸੀਗੇ, ਸ਼ਬਦ ਗਾਉਂਦੇ ਹੁੰਦੇ ਸੀਗੇ, ਕਵੀ ਦਰਬਾਰ ਵੀ ਹੁੰਦੇ ਸੀਗੇ, ਨਰਿੰਦਰ ਬੀਬਾ ਜੀ ਉਸ ਦੌਰ ਦੀ ਗੱਲ ਹੈਗੀ ਹੈ ਇਹ, ਅਤੇ ਸੁਰਿੰਦਰ ਕੌਰ ਜੀ ਦੇ ਉਸ ਜ਼ਮਾਨਾ ਸੀਗਾ, ਅਤੇ ਧਾਰਮਿਕ ਸਟੇਜਾਂ 'ਤੇ ਇਕੱਠੇ ਹੁੰਦੇ ਸੀਗੇ, ਅਤੇ ਉਸ ਟਾਈਮ ਜਿਹੜੇ ਮਸਕੀਨ ਜੀ ਸੀਗੇ ਪਾਪਾ ਨੂੰ ਬਹੁਤ ਪਿਆਰ ਕਰਦੇ ਹੁੰਦੇ ਸੀਗੇ, ਉਹਨਾਂ ਨੇ ਫਿਰ ਸਾਗਰ ਰੱਖਿਆ ਸੀ ਪਾਪਾ ਦਾ ਨਾਮ। ਕਹਿੰਦੇ ਬਹੁਤ ਸਾਰੀਆਂ ਚੀਜ਼ਾਂ ਤੇਰੇ ਅੰਦਰ ਸਮਾਈਆਂ ਹੋਈਆਂ ਨੇ, ਸਮੁੰਦਰ ਨੇ, ਇੱਕ ਸਮੁੰਦਰ ਆ ਤੂੰ ਇੱਕ ਸਾਗਰ ਆ, ਵੀ ਤੇਰਾ ਨਾਮ ਰੋਸ਼ਨ ਸਾਗਰ ਹੋਣਾ ਚਾਹੀਦਾ। ਫਿਰ ਇਹ ਸਾਗਰ ਨਾਮ ਉਹਨਾਂ ਨੇ ਦਿੱਤਾ ਸੀਗਾ, ਉਸ ਤੋਂ ਬਾਅਦ ਇਹ ਬਹੁਤ ਜ਼ਿਆਦਾ ਪਾਪੂਲਰ ਹੋਇਆ ਪਾਪਾ ਦਾ ਨਾਮ ਨਾ, ਅਤੇ ਪਾਪਾ ਤੋਂ ਹੀ ਮੈਂ ਬਚਪਨ ਤੋਂ ਸਿੱਖਿਆ ਨਾ, ਗੁੜਤੀ ਜਿਹੜੀ ਸੀ ਮੈਨੂੰ ਸੰਗੀਤ ਦੀ ਉਹ ਪਾਪਾ ਤੋਂ ਹੀ ਮਿਲੀ ਹੈ ਨਾ ਬਚਪਨ ਦੇ ਵਿੱਚ ਹੀ। ਅਤੇ ਮੈਂ ਜਦੋਂ ਸਕੂਲ ਟਾਈਮ ਤੋਂ ਸ਼ੁਰੂਆਤ ਕਰ ਦਿੱਤੀ ਸੀਗੀ, ਜਿਹੜੇ ਫੰਕਸ਼ਨ ਹੁੰਦੇ ਸੀਗੇ ਸਕੂਲ ਟਾਈਮ ਦੇ ਵਿੱਚ, ਜਿਵੇਂ ਐਨੂਅਲ ਫੰਕਸ਼ਨ ਹੁੰਦੇ ਨੇ ਜਾਂ ਕਈ ਵਾਰੀ ਹੁੰਦਾ ਨਾ ਕਿਸੇ ਸਕੂਲ ਦੇ ਨਾਲ ਕੰਪੀਟੀਸ਼ਨ ਹੁੰਦਾ ਹੈ, ਇਲਾਕੇ ਦੇ ਕੰਪੀਟੀਸ਼ਨ ਐਵੇਂ ਜਾਂਦੀ ਹੁੰਦੀ ਸੀਗੀ, ਕਾਫੀ ਸਾਰੇ ਪ੍ਰਾਈਜ਼ ਮੈਂ ਲੈ ਕੇ ਆਈ, ਮੇਰੇ ਸਕੂਲ ਨੂੰ ਵੀ ਸਾਡੇ ਟੀਚਰਸ ਨੂੰ ਮੇਰੇ 'ਤੇ ਬਹੁਤ ਮਾਣ ਹੁੰਦਾ ਸੀ। ਪਰ ਜਦੋਂ ਭੈਣ ਜੀ ਤੁਸੀਂ ਗਾਇਕੀ ਦੇ ਖਿੱਤੇ ਦੇ ਵੱਲ ਵਪਾਰਕ ਤੌਰ ਦੇ ਉੱਤੇ ਜਾਂ ਕਮਰਸ਼ੀਅਲ ਤੌਰ ਦੇ ਉੱਤੇ ਜਾਣ ਦੀ ਇੱਛਾ ਪਾਲੀ, ਘਰਦਿਆਂ ਨੂੰ ਦੱਸਿਆ ਜਾਂ ਘਰਦਿਆਂ ਨੂੰ ਪਤਾ ਲੱਗਾ, ਮਾੜਾ ਮੋਟਾ ਬਾਪੂ ਜੀ ਨੇ ਜਾਂ ਬੇਬੇ ਨੇ ਵਿਰੋਧ ਕੀਤਾ ਜਾਂ ਨਹੀਂ ਕੀਤਾ ਸੀ? ਮੇਰੀ ਤਾਂ ਸ਼ੁਰੂਆਤ ਬੜੇ ਅਜੀਬ ਤਰੀਕੇ ਨਾਲ ਹੋਈ ਸੀਗੀ। ਅੱਛਾ ਜੀ। ਅਤੇ ਮੈਨੂੰ ਸ਼ੌਕ ਤਾਂ ਸੀਗਾ ਸੰਗੀਤ ਦਾ, ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਮੈਂ ਇਸ ਲਾਈਨ ਦੇ ਵਿੱਚ ਜਾਊਂਗੀ। ਬਹੁਤ ਦਿਲ ਸੀਗਾ ਉਦੋਂ ਨਾ, ਬੜੇ ਇਨੋਸੈਂਟ 'ਚ ਲੋਕ ਹੁੰਦੇ ਸੀ, ਬੜੇ ਭੋਲਾਪਣ ਹੁੰਦਾ ਸੀ, ਪਤਾ ਹੀ ਨਹੀਂ ਹੁੰਦਾ ਸੀ ਅਸੀਂ ਕਿੱਧਰ ਨੂੰ ਜਾਣਾ, ਕੀ ਕਰਨਾ, ਜੋ ਹੋਈ ਜਾ ਰਿਹਾ ਬੰਦਾ ਉਦੋਂ ਨੂੰ ਤੁਰ ਪੈਂਦਾ ਸੀਗਾ, ਜਿੱਧਰ ਹੀ ਹਵਾ ਆਈ ਉਦੋਂ ਤੁਰ ਪਏ, ਕੋਈ ਕੋਈ ਸਪੈਸ਼ਲ ਪਲੈਨਿੰਗ ਨਹੀਂ ਸੀ ਹੁੰਦੀ, ਜਿਵੇਂ ਹੁਣ ਛੋਟੀ ਉਮਰ 'ਚ ਬੱਚਾ ਨਹੀਂ ਪਲੈਨ ਕਰਦਾ ਮੈਂ ਐਵੇਂ ਬਣਨਾ ਹੈ ਵੱਡਾ ਹੋ ਕੇ, ਮੈਨੂੰ ਕੁਛ ਨਹੀਂ ਸੀ ਪਤਾ ਹੁੰਦਾ ਮੈਂ ਕੀ ਬਣਨਾ ਹੈ। ਹਾਂ, ਮੈਨੂੰ ਸ਼ੌਕ ਹੁੰਦਾ ਸੀਗਾ, ਮੇਰੀ ਇੱਕ ਰੂਹ ਸੀਗੀ ਸੰਗੀਤ ਵਿੱਚ, ਨ੍ਰਿਤ ਦੇ ਵਿੱਚ, ਫਿਲਮਾਂ ਜਿਵੇਂ, ਹੈ ਨਾ? ਅਤੇ ਇੱਕ ਕੁਛ ਇੱਦਾਂ ਦਾ ਫੈਮਿਲੀ ਦੇ ਵਿੱਚ ਕੁਛ ਇੱਦਾਂ ਹੋਇਆ ਤਾਂ ਮੈਨੂੰ ਗਾਣਾ ਸ਼ੁਰੂ ਕਰਨਾ ਪਿਆ। ਅੱਛਾ ਜੀ। ਮੇਰੇ ਪਾਪਾ ਨੂੰ ਕਿਸੇ ਨੇ, ਪਾਪਾ ਬਹੁਤ ਅੱਛੇ ਸਿੰਗਰ ਸੀਗੇ, ਕਿਸੇ ਵਿਰੋਧੀ ਨੇ, ਕਿਸੇ ਪਰਸਨ ਨੇ ਕੱਚ ਪੀਸ ਕੇ ਦੇ ਦਿੱਤਾ ਪਾਪਾ ਨੂੰ ਨਾ ਕੁਛ ਖਾਣੇ ਦੇ ਵਿੱਚ, ਉਹ ਪਾਪਾ ਦੀਆਂ ਨਾੜੀਆਂ ਸਾਰੀਆਂ ਅੰਦਰੋਂ ਮਤਲਬ ਕਿ ਖਰਾਬ ਹੋ ਗਈਆਂ ਸੀਗੀਆਂ, ਅੰਦਰ ਕੱਚ ਚਲੇ ਗਿਆ, ਪਾਪਾ ਬਹੁਤ ਜ਼ਿਆਦਾ ਸੀਰੀਅਸ ਹੋ ਗਏ ਸੀਗੇ, ਉਹਨਾਂ ਨੂੰ PGI ਐਡਮਿਟ ਕਰਵਾਇਆ ਗਿਆ, ਅਤੇ ਸਾਰਾ ਉਹ ਜਿਹੜੇ ਪਰਸਨ ਨੇ ਕੀਤਾ ਸੀਗਾ ਉਹਨਾਂ ਨੇ ਬੜੇ ਧੋਖੇ ਦੇ ਨਾਲ ਸਾਡੇ ਜਿੰਨੇ ਪਾਪਾ ਦਾ ਕੋਈ ਬਿਜ਼ਨਸ ਜੋ ਵੀ ਸੀਗਾ, ਜਿਵੇਂ ਤੁਹਾਡੀ ਪ੍ਰੋਪਰਟੀ ਜੋ ਕੁਛ ਵੀ ਕਰਵਾ ਕੇ ਸਾਰਾ ਇੱਦਾਂ ਕਰ ਲਿੱਤਾ ਨਾ। ਅਤੇ ਅਨਪੜ੍ਹ ਜਿਹਾ ਜ਼ਮਾਨਾ ਹੁੰਦਾ ਸੀ, ਇੰਨੇ ਜ਼ਿਆਦਾ ਲੋਕ ਪੜ੍ਹੇ ਲਿਖੇ ਨਹੀਂ ਸੀ, ਪਤਾ ਨਹੀਂ ਹੁੰਦਾ ਸੀਗਾ, ਅਤੇ ਉਹ ਜ਼ਮਾਨਾ ਇੱਦਾਂ ਦਾ ਕਿ ਪਾਪਾ ਨੂੰ ਇੰਨੀ ਜ਼ਿਆਦਾ ਯਾਨੀ ਕਿ ਸਾਨੂੰ ਇੱਦਾਂ ਹੋ ਗਿਆ ਕਿ ਅਸੀਂ ਪ੍ਰੋਪਰਟੀ ਵੱਲ ਤਾਂ ਜਾਣਾ ਨਹੀਂ ਕਿ ਅਸੀਂ ਕੇਸ ਕਰੀਏ ਜਾਂ ਉਹਨੂੰ, ਸਾਨੂੰ ਇਹ ਹੋ ਗਿਆ ਅਸੀਂ ਆਪਣੇ ਪਿਓ ਨੂੰ ਬਚਾਈਏ। ਮੈਂ ਸੀਗੀ 9 ਸਾਲ ਦੀ, ਮੇਰੇ ਬ੍ਰਦਰ ਸੀਗੇ 13 ਸਾਲਾਂ ਦੇ, ਵੱਡੇ ਕਰਮਾ ਰੋਪੜ ਵਾਲੇ ਜਿਹੜੇ, ਅਤੇ ਮੰਮਾ ਸਾਡੇ ਇੱਕਦਮ ਸ਼ੌਕ 'ਚ ਸਦਮੇ 'ਚ ਚਲੇ ਗਏ। ਜੀ ਜੀ ਜੀ। ਉਸ ਟਾਈਮ ਫਿਰ ਅਸੀਂ ਦੋਨਾਂ ਨੇ, ਕਿਉਂਕਿ ਮੈਂ ਵੀ ਗਾਉਂਦੀ ਹੁੰਦੀ ਸੀਗੀ ਸਟੇਜ ਦੇ ਉੱਤੇ, ਮੇਰੇ ਬ੍ਰਦਰ ਕਰਮਾ ਉਹ ਵੀ ਸਕੂਲ ਦੇ ਫੰਕਸ਼ਨਾਂ 'ਚ ਗਾਉਂਦੇ ਸੀ, ਸਾਡੀ ਇਸ ਤਰੀਕੇ ਨਾਲ ਮਜਬੂਰੀ ਦੇ ਵਿੱਚ ਝਿਜਕ ਖੁੱਲੀ ਹੋਈ ਸੀ। ਹਾਂਜੀ। ਫਿਰ ਅਸੀਂ ਮਜਬੂਰੀ ਦੇ ਵਿੱਚ ਗਾਣਾ ਸ਼ੁਰੂ ਕੀਤਾ, ਤੋਰੀ ਫੁਲਕਾ ਚੱਲਦਾ ਰਹੇ। ਹਾਂਜੀ, ਤਾਂ ਕਿ ਅਸੀਂ ਪਾਪਾ ਦਾ ਅਸੀਂ ਇਲਾਜ ਕਰਵਾ ਸਕੀਏ। ਅਤੇ ਫਿਰ ਉਸ ਟਾਈਮ ਫਿਰ ਜਸਵੰਤ ਭਾਵਰਾ ਜੀ, ਬੜੇ ਵੱਡੇ ਨਾਮ ਉਹਨਾਂ ਦਾ ਸੰਗੀਤ ਦਾ, ਹੈ ਨਾ, ਇੰਸਟੀਚਿਊਟ ਸੀ ਇੱਕ ਬਹੁਤ ਵੱਡਾ ਵਾਪ। ਫਿਰ ਅਸੀਂ ਉਹ ਪਾਪਾ ਦੇ ਅੱਛੇ ਪਾਪਾ, ਉਹਨਾਂ ਦਾ ਰਿਗਾਰਡ ਕਰਦੇ ਸੀਗੇ ਬਹੁਤ ਜ਼ਿਆਦਾ, ਅਤੇ ਉਹਨਾਂ ਦੇ ਕੋਲ ਅਸੀਂ ਆ ਗਏ ਫਿਰ ਲੁਧਿਆਣੇ, ਉਹਨਾਂ ਦੇ ਕੋਲ ਰਹਿ ਕੇ ਫਿਰ ਅਸੀਂ ਜਿਵੇਂ ਸਰਕਾਰੀ ਪ੍ਰੋਗਰਾਮ ਹੁੰਦੇ ਸੀਗੇ ਉਹ ਅਸੀਂ ਕਰਦੇ ਹੁੰਦੇ ਸੀਗੇ, ਉਹਨਾਂ ਦੇ ਵਿੱਚੋਂ ਹੀ ਜੋ ਮਿਲਣਾ ਸੀ, ਕਦੇ ਧਾਰਮਿਕ ਜਾਂ ਦੂਜੇ, ਅਸੀਂ ਇਕੱਠਿਆਂ ਨੇ ਬ੍ਰਦਰ ਅਤੇ ਅਸੀਂ ਦੋਨਾਂ ਨੇ ਜਿੰਨੇ ਕੁ ਹੁੰਦੇ ਸੀ ਪ੍ਰੋਗਰਾਮ, ਛੋਟੇ ਬਹੁਤ ਸੀ ਅਸੀਂ,
ਕਰਨੇ ਤੇ ਜੋ ਕੁਝ ਮਿਲਣਾ ਸੀ ਜਾ ਕੇ ਫਿਰ ਪਾਪਾ ਦਾ ਇਲਾਜ ਕਰਵਾਉਣਾ। ਕੀ ਬਾਤ ਹੈ, ਇਸ ਤਰ੍ਹਾਂ ਮੇਰਾ ਗਾਣਾ ਸ਼ੁਰੂ ਹੋਇਆ। ਤੇ ਬਾਈ ਜੀ ਤੁਹਾਡਾ ਵਿਆਹ ਕਿਹੜੇ ਵਰੇ ਦੇ ਵਿੱਚ ਹੋਇਆ? ਇਹ ਐਕਸੀਡੈਂਟ ਭੁਰਨ ਵਾਲਾ। ਚਲੋ ਦੱਸੋ ਕਿਹੜੀ ਤਰੀਕ ਸੀ, ਕਿਹੜਾ ਸਾਲ ਸੀਗਾ? 30th January। ਅੱਛਾ, 1993। ਤੇ ਇਹ ਜਿਹੜੀ ਮੁਹੱਬਤੀ ਪ੍ਰਕਿਰਿਆ ਇਹ ਕਿੰਨੇ ਕੁ ਵਰੇ ਚੱਲੀ? ਇਹ ਕਾਫੀ ਮਤਲਬ ਇਹ ਇੱਕ ਹੈਗੀ ਆ 86 ਤੋਂ ਸਟਾਰਟ ਹੋਇਆ ਸੀਗਾ ਫਿਰ 93 ਦੇ ਵਿੱਚ ਮੈਰਿਜ ਹੋਈ ਸੀ। ਅੱਛਾ, ਮਤਲਬ 6 ਸਾਲ 6 ਸਾਲ ਨਹੀਂ ਭੁੱਲਣਾ ਚਾਹੁੰਦੇ, 5-6 ਵਰੇ ਤੁਸੀਂ ਇੱਦਾਂ ਰਹੇ। ਅਤੇ ਕੋਈ ਘਰਦਿਆਂ ਦੇ ਵਿਰੋਧ ਦਾ ਸਾਹਮਣਾ ਜਾਂ ਜੱਗ ਦਾ ਕੁਛ ਇੱਦਾਂ ਕਰਨਾ ਤਾਂ ਪਿਆ ਹੋਊਗਾ ਉਸ ਵੇਲੇ? ਉਹ ਤਾਂ ਹੁੰਦਾ ਹੀ ਹੈ, ਉਹ ਤਾਂ ਕਿਉਂਕਿ ਅਸੀਂ ਐਸੇ ਮੁਆਸ਼ਰੇ ਨੂੰ ਬਿਲੋਂਗ ਕਰਦੇ ਹਾਂ, ਐਸੇ ਸਮਾਜ ਨੂੰ ਬਿਲੋਂਗ ਕਰਦੇ ਹਾਂ ਕਿ ਜਿੱਥੇ ਤੁਸੀਂ ਆਪਣੀ ਮਰਜ਼ੀ ਨਾਲ ਪਾਣੀ ਪੀਣਾ ਵੀ ਚਾਹੋ ਤੇ ਨਹੀਂ ਪੀ ਸਕਦੇ ਤੁਸੀਂ, ਹੈ ਨਾ। ਲੋਕ ਮੱਲੋ ਮੱਲੀ ਆਪਣਾ ਹੁਕਮ ਥੋਪਦੇ ਨੇ ਤੁਹਾਨੂੰ, ਮੱਲੋ ਮੱਲੀ ਤੁਹਾਨੂੰ ਆਪਣੇ ਅੰਡਰ ਸਮਝਦੇ ਨੇ। ਬਟ ਇਹਨਾਂ ਦੇ ਫਾਦਰ ਸਾਹਿਬ ਨੇ ਥੋੜ੍ਹਾ ਕੀਤਾ, ਹਾਲਾਂਕਿ ਅਸੀਂ ਮੁਹੰਮਡ, ਇਹ ਵੀ ਮੁਹੰਮਡਨ, ਮੈਂ ਵੀ ਮੁਹੰਮਡਨ ਹਾਂ, ਪਰ ਕੁਛ ਜਿਹੜੀਆਂ ਫੈਮਿਲੀਜ਼ ਦੇ ਵਿੱਚੋਂ ਤਾਂ ਮੇਰੀ ਮਰਜ਼ੀ ਨਾਲ ਕਿਉਂ ਨਹੀਂ ਹੋ ਰਿਹਾ, ਕੁਦਰਤੀ। ਪਰ ਇਹਨਾਂ ਦੇ ਜਿਹੜੇ ਵੱਡੇ ਬ੍ਰਦਰ ਹੈ ਕਰਮਾ, ਅਤੇ ਉਹਨਾਂ ਨੇ ਕਾਫੀ ਹਿੰਮਤ ਕੀਤੀ, ਫਿਰ ਉਹਨਾਂ ਨੇ ਕਿਹਾ ਵੀ ਨਹੀਂ ਇਹ ਤਾਂ ਹੋਣਾ ਹੀ ਹੈ, ਕਿਉਂਕਿ ਜਦੋਂ ਸਾਡਾ ਸਟੈਂਪ ਲਾ ਦਿੱਤਾ, ਜਦੋਂ ਅਸੀਂ ਸੋਚਿਆ ਵੀ ਨਹੀਂ ਸੀਗਾ ਵਿਆਹ ਕਰਾਉਣ ਬਾਰੇ, ਅਤੇ ਲੋਕ ਉਦੋਂ ਕਹਿੰਦੇ ਸੀਗੇ ਵੀ ਇਹਨਾਂ ਦਾ ਵਿਆਹ ਹੋ ਗਿਆ। ਅੱਛਾ, ਜਿਹਨੂੰ ਬੰਦਾ ਕਹਿੰਦਾ ਸੀ ਤੁਹਾਡਾ ਵਿਆਹ, ਮੈਂ ਕਿਹਾ ਨਹੀਂ, ਕੀ ਕਰੀ ਜਾਂਦੇ ਹੋ, ਵਿਆਹ ਕਰਾਓ, ਪਰੇ ਕਰੋ। ਮੈਂ ਕਿਹਾ ਵੀ ਵਿਆਹ ਜ਼ਰੂਰ ਕਰਾਉਣਾ ਜੇ ਪਰੇ ਕਰਨਾ। ਵਾਹ ਵਾਹ। ਜੇ ਆਵਾਮ ਜਿਹੜੀ ਹੈ ਨਾ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕਹਿਣ ਮੁਤਾਬਕ, ਉਹਨਾਂ ਦੇ ਕਥਨ ਮੁਤਾਬਕ ਨਾ, ਇਹ 21ਵੀਂ ਸੰਗਤ ਹੈ, 20ਵੀਂ ਗੁਰੂ ਸਾਹਿਬ ਆ ਕਹਿੰਦੇ ਮੈਂ 21ਵੀਂ ਮੇਰੀ ਸੰਗਤ ਹੈ, ਮੈਨੂੰ 21ਵੀਂ ਦਾ ਹੁਕਮ ਬਹੁਤ ਪ੍ਰਵਾਨ ਹੈ। ਫਿਰ ਜਦੋਂ ਸੰਗਤ ਨੇ ਸਾਨੂੰ ਅਨਾਊਂਸ ਕਰਤਾ ਕਿ ਮੀਆਂ ਬੀਵੀ ਨੇ, ਅਤੇ ਜਿਹੜੀ ਪ੍ਰਕਿਰਤੀ ਹੈ ਉਹ ਫਿਰ ਇਕੱਠੀ ਹੋ ਕੇ ਉਸ ਕੰਮ ਨੂੰ ਜੁਟ ਜਾਂਦੀ ਹੈ ਨਾ, ਜਿਹੜੇ ਕੰਮ ਨੂੰ ਲੋਕ ਕਹਿੰਦੇ ਨੇ, ਫਿਰ ਉਹ ਪ੍ਰਕਿਰਤੀ ਆਪਣਾ ਕੰਮ ਕਰਦੀ ਹੈ, ਫਿਰ ਉਹ ਪਤਨੀ ਇੱਧਰੋਂ, ਪਤਨੀ ਉੱਧਰੋਂ, ਪਤਨੀ ਉੱਤੋਂ, ਇਹ ਨੀਚੇ ਤੋਂ, ਉਹ ਜੋ ਵੀ ਕਰਦੀ ਹੈ ਲਿਆ ਕੇ ਦੋ ਕਰੈਕਟਰ ਉਹ ਖੜ੍ਹੇ ਕਰ ਦਿੰਦੀ ਹੈ ਜਿਹੜੇ ਤੁਹਾਨੂੰ ਮੇਲ ਕਰਾਉਂਦੇ ਆ ਤੁਹਾਨੂੰ ਮਨਜ਼ੂਰ। ਸੋ ਇਹਦੇ ਵੱਡੇ ਬ੍ਰਦਰ ਅਤੇ ਮੇਰੇ ਮਦਰ, ਮੇਰੇ ਸੈਂਟਰ ਵਾਲੇ ਬ੍ਰਦਰ, ਉਹ ਸਾਰਿਆਂ ਨੇ ਫਿਰ ਰਲ ਕੇ ਸੋਚਿਆ ਵੀ ਜਦੋਂ ਤੁਸੀਂ ਇਕੱਠੇ ਕੰਮ ਵੀ ਕਰਦੇ ਹੋ ਵੀ ਤੇ ਕਿਉਂ ਨਾ ਇੱਦਾਂ ਕੀਤਾ ਜਾਵੇ। ਸੋ ਲਿਖਿਆ ਤਾਂ ਪਰਵਰਦਿਗਾਰ ਨੇ ਹੁੰਦਾ, ਕਿਉਂਕਿ ਜੋੜੀਆਂ ਉਸ ਵਾਰਗਾਹ ਇਲਾਹੀ ਦੇ ਵਿੱਚ ਬਣਦੀਆਂ ਨੇ, ਇੱਥੇ ਇੱਕ ਮੀਡੀਏਟਰ ਹੁੰਦਾ, ਵਿਚੋਲਾ ਹੁੰਦਾ ਜਿਹੜਾ ਇੱਕ ਰੋਲ ਨਿਭਾਉਂਦਾ, ਪਰ ਅਸੀਂ ਆਪੀ ਵਿਚੋਲੇ ਹਾਂ, ਆਪੀ ਲਾੜਾ ਲਾੜੀ ਹਾਂ। ਤੁਸੀਂ ਇਹ ਦੇਖੋ ਵੀ ਮੈਂ ਤੁਹਾਨੂੰ ਇੱਕ ਇੰਸੀਡੈਂਟ ਸੁਣਾਉਣਾ ਵਿਆਹ ਦਾ, ਵੀ ਸਾਡਾ ਮੇਰਾ ਖਿਆਲ ਹੈ ਪਹਿਲਾਂ ਹੀ ਵਿਆਹ ਹੋ ਗਿਆ ਇੱਦਾਂ ਦਾ, ਜਿੱਦਾਂ ਇਹ ਹੋਇਆ, ਸਾਰੇ ਸਿੰਗਰ ਜਿਹੜੇ ਹੈ ਉਹ ਬਰਾਤ ਦੇ ਵਿੱਚ ਨੇ, ਹੰਸਰਾਜ ਹੰਸ ਜੀ ਨੱਚ ਰਹੇ ਨੇ ਬੈਂਡ ਦੇ ਵਿੱਚ, ਲਾਭ ਜੰਜੂਆ ਜੀ ਨੱਚ ਰਹੇ ਨੇ ਬੈਂਡ ਦੇ ਵਿੱਚ, ਦਵਿੰਦਰ ਖੰਨੇਵਾਲੇ, ਸੰਜੀਵ ਆਨੰਦ, ਸਾਰੇ ਡਾਂਸ। ਲੋਕ ਵਿਆਹ ਦੇਖਣ ਨੂੰ ਧੱਕੇ ਨਾਲ ਕਾਰਡ ਲੈ ਕੇ ਗਏ ਸਾਡਾ, ਕਹਿੰਦੇ ਕਾਰਡ ਦਿਓ, ਵਿਆਹ ਦੇਖਣਾ ਤੁਹਾਡਾ। ਅਤੇ ਉਹ ਜਦੋਂ ਆਪਣੇ ਸਟੇਜ 'ਤੇ ਜਦੋਂ ਗਾਉਣਾ ਸੀਗਾ, ਸਾਰੇ ਕਹਿੰਦੇ ਨਹੀਂ ਜੀ ਅਸੀਂ ਨੱਚਣਾ ਹੈ, ਗਾਉਣ ਵਾਸਤੇ ਕੋਈ ਤਿਆਰੀ ਨਾ ਹੋਵੇ, ਕਹਿੰਦੇ ਨਹੀਂ ਅਸੀਂ ਅੱਜ। ਉਹ ਤੋਂ ਬਿਨਾਂ ਵੀ, ਉਹ ਤੋਂ ਪਹਿਲਾਂ ਜਦੋਂ ਮੈਂ ਵਿਆਹੁਣ ਗਿਆ ਨਾ, ਸਾਨੂੰ ਰਾਤ ਹੋ ਗਈ 11 ਵਜੇ ਡੋਲੀ ਵਿਦਾ ਹੁੰਦੀ ਨੂੰ, ਅਤੇ ਡੋਲੀ ਵਿਦਾ ਹੋਣ ਲੱਗੀ, ਅਤੇ ਜਦੋਂ ਮੈਂ ਕਿਸੇ ਨੂੰ ਕਿਹਾ ਵੀ ਭਾਈ ਗੱਡੀ, ਮੈਂ ਇੱਕ ਦਿਨ ਪਹਿਲਾਂ ਹੀ ਗੱਡੀ ਕਢਾਈ ਸੀ ਇੱਕ ਸਟੀਮ, ਮੈਂ ਕਿਹਾ ਵੀ ਗੱਡੀ ਤਾਂ ਚਲਾਓ ਕੋਈ, ਕਹਿੰਦੇ ਜੇ ਆਪਾਂ ਅੱਜ ਨਹੀਂ, ਅੱਜ ਨਹੀਂ। 100 ਗੱਡੀਆਂ ਗਈਆਂ ਸੀਗੀਆਂ ਹੈ ਨਾ, ਅਤੇ ਉਹਨਾਂ ਦੇ ਵਿੱਚੋਂ ਸਾਰੇ ਕਿਸੇ ਦੇ, ਕੋਈ ਆਪ ਡਰਾਈਵ ਕਰ ਰਹੇ ਸੀ, ਕੋਈ ਡਰਾਈਵਰ ਸੀਗੇ, ਪਰ ਸਾਡੀ ਗੱਡੀ ਚਲਾਉਣ ਵੇਲੇ ਸਾਰੇ ਕਹਿੰਦੇ ਨਹੀਂ, ਸਾਡੇ ਵੀ ਡਰਾਈਵਰ, 4 ਡਰਾਈਵਰ ਸਾਡੇ ਸੀ ਪਰਸਨਲ, ਉਹ ਕਹਿੰਦੇ ਅੱਜ ਨਹੀਂ, ਡਰਿੰਕ ਨਾਲ ਰੱਜੇ ਸਭ। ਮੈਂ ਦਵਿੰਦਰ ਭਾਜੀ ਨੂੰ ਕਿਹਾ, ਮੈਂ ਦਵਿੰਦਰ ਭਾਜੀ ਖੰਨੇ ਵਾਲੇ ਨੂੰ ਕਿਹਾ ਵੀ ਗੱਡੀ ਚਲਾਓ, ਅੱਜ ਨਹੀਂ, ਤੁਸੀਂ ਅਲਟੀਮੇਟਲੀ ਮੈਨੂੰ ਆਪਣੀ ਡੋਲੀ ਏਦਾਂ ਫੜ ਕੇ ਆਪ ਗੱਡੀ ਚਲਾ ਕੇ, ਮੈਂ ਆਪਣੇ ਪੱਲਾ ਫੜਿਆ ਇਹਨਾਂ ਨੇ, ਉਹ ਮੈਂ ਪਿੱਛੇ ਦੀ ਸੀਟ ਤੇ ਪੱਲਾ ਫੜ ਕੇ ਆਪ ਗੱਡੀ ਆਪਣੇ ਚਲਾ ਕੇ, ਇਹਨਾਂ ਨੇ ਇੱਥੇ ਬੰਨਿਆ ਪੱਲਾ ਫਿਰ। ਕੀ ਬਾਤ ਹੈ, ਮੈਂ ਆਪਣੀ ਡੋਲੀ ਮੈਂ ਏਦਾਂ ਲੈ ਕੇ ਆਇਆ, ਉਹ ਘਰੇ ਜਦੋਂ ਪਹੁੰਚੇ ਸਾਰੇ ਸੁੱਤੇ ਪਏ, ਪਾਣੀ ਮਾਰਨਾ ਸੀ ਉਹ ਸੁੱਤੇ ਪਏ ਸਾਰੇ, ਜਦੋਂ ਹਫੜਾ ਦਫੜੀ ਮਿਲ ਗਈ, ਬਰਾਤ ਆ ਗਈ, ਬਰਾਤ ਆ ਗਈ, ਪਾਣੀ ਕਿਹਨਾਂ ਨੇ ਮਾਰਿਆ ਫਿਰ? ਪਾਣੀ ਮੇਰੇ, ਇੱਕ ਮੇਰੇ ਮੰਮੀ ਨੇ, ਮੇਰੇ ਮਾਤਾ ਜੀ ਨੇ, ਉਹਜਾ ਸਾਹਿਬ ਦੇ ਵਾਈਫ ਸੰਗੀਤਾ ਉਹਜਾ ਜੀ, ਉਹ ਵੀ ਮੇਰੇ, ਉਹ ਬਹੁਤ ਸਾਡੇ, ਉਹਨਾਂ ਨੇ ਚਾਹ ਕੀਤਾ, ਮੇਰੇ ਅੰਨਦਾਤਾ ਨੇ ਮੇਰੇ, ਉਹ ਉਹਨਾਂ ਨੇ ਮੈਨੂੰ ਇਸ ਦੁਨੀਆਂ ਦੇ ਵਿੱਚ
ਇੱਕ ਤਾਂ ਹੁੰਦਾ ਨਾ ਜਨਮ ਦੇਣਾ, ਇੱਕ ਕਰਮ ਦੇਣਾ, ਉਹਨਾਂ ਨੇ ਮੈਨੂੰ ਕਰਮ ਦਿੱਤਾ, ਉਹ ਮੈਂ ਉਹਨਾਂ ਨੂੰ ਵੀ ਆਪਣੀ ਮਾਤਾ ਹੀ ਮੰਨਦਾ। ਉਹਨਾਂ ਨੇ ਤੇਲ ਵਾਰਿਆ ਰਾਤ ਨੂੰ 11:30 ਮੈਂ ਤੇਲ ਨੀ ਪਾਣੀ ਪਾਣੀ ਵਾਰਿਆ। ਇੱਕ ਬੁੜੀ ਸਾਡੇ ਜਿਹੜੀ ਲਾਗਣ ਸੀਗੀ ਉਹ ਤੇਲ ਚੱਕੀ ਫਿਰੀ ਮੇਰੇ ਚ, ਉਹ ਤੇਲ ਹੀ ਵਾਰਨ ਲੱਗੀ ਸਾਡੇ ਤੇ। ਚਰਨਜੀਤ ਹੁੱਜਾ ਜੀ ਗੁਰੂ ਜੀ ਤੇ ਮੰਮੀ ਜਿਹੜੇ ਉਹਨਾਂ ਦੇ ਵਾਈਫ, ਉਹਨਾਂ ਨੇ ਹੀ ਅੱਗੇ ਹੋ ਕੇ ਸਾਰਾ ਵਿਆਹ ਕੀਤਾ। ਬਹੁਤ ਆਨੰਦ ਆ ਰਿਹਾ, ਬੜਾ ਸਵਾਦ ਆ ਰਿਹਾ ਬਾਈ ਜੀ ਗੱਲਾਂ ਬਾਤਾਂ ਸੁਣ ਕੇ। ਨਿੱਕਾ ਜਿਹਾ ਵਖਵਾ ਲੈ ਤੁਹਾਡਾ ਜਿਹੜਾ ਸਾਹਮਣੇ ਬੈਠਾ ਨਾ ਬੰਦਾ, ਵਕਫਾ ਲੈ ਕੇ ਕਈ ਗੱਲਾਂ ਬਾਤਾਂ ਹੁਣ ਦੇਖ ਕੇ ਮੈਨੂੰ ਵੀ ਯਾਦ, ਮਜ਼ਾ ਖਰਾਬ ਕਰ ਦਿਆ ਮੇਰੀ ਗੱਲ ਕਾ ਮਜ਼ਾ। ਆਪਣੇ ਵਿਆਹ ਵਾਲੇ ਉੱਥੇ ਮੂਡ ਚ ਪਹੁੰਚ ਗਏ ਸੀ ਵਿਚਾਰੇ। ਆਪਾਂ ਵਕਫਾ ਲੈਣੇ ਆ ਤੇ ਫਿਰ ਦੁਬਾਰਾ ਤੋਂ ਉੱਥੇ ਸ਼ੁਰੂ ਕਰ, ਰਿਸੈਪਸ਼ਨ ਤੇ ਉਹਨੇ ਜੀ ਜੀ ਮਾਨ ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ। ਪ੍ਰਾਈਮੇਸ਼ਰ ਟੀਵੀ ਤੇ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਮੈਂ ਹਾਂ ਹਰਮਨ ਥਿੰਦ, ਮੇਰੇ ਨਾਲ ਸਵਰਨ ਸਿੰਘ ਟੈਣਾ ਤੇ ਸਾਡੇ ਦੋਵਾਂ ਦੇ ਨਾਲ ਹਾਜ਼ਰ ਨੇ ਸਰਦੂਲ ਸਿਕੰਦਰ ਜੀ ਤੇ ਨਾਲ ਅਮਰ ਨੂਰੀ ਜੀ। ਸੋ ਹੁਣ ਗੱਲਾਂ ਬਾਤਾਂ ਅੱਗੇ ਵਧਾਉਂਦੇ ਹਾਂ। ਮੈਮ, ਸਭ ਤੋਂ ਪਹਿਲਾ ਗਾਣਾ ਜਿਹੜਾ ਸਟੇਜ ਤੇ ਤੁਸੀਂ ਦੋਵਾਂ ਨੇ ਇਕੱਠਿਆਂ ਨੇ ਗਾਇਆ ਤੇ ਸਭ ਤੋਂ ਪਹਿਲਾ ਗਾਣਾ ਜਿਹੜਾ ਦੋਵਾਂ ਦਾ ਰਿਕਾਰਡ ਹੋਇਆ ਉਹ ਕਿਹੜਾ ਸੀ? ਸਾਡਾ ਜਿਹੜਾ ਸਭ ਤੋਂ ਪਹਿਲਾਂ ਅਸੀਂ ਗਾਇਆ ਸੀ ਤਾਂ ਮੁਹੰਮਦ ਸਦੀਕ ਜੀ ਤੇ ਰਣਜੀਤ ਕੌਰ ਜੀ ਦਾ ਗਾਣਾ ਸੀ, ਅਸੀਂ ਸਟੇਜ ਤੇ ਗਾਇਆ ਸੀਗਾ ਕਾਲੀ ਮੱਸਿਆ ਦੀ ਰਾਤ ਨਾ ਤੇ ਹੱਸ ਬੱਲੀਏ। ਤੇ ਜਿਹੜਾ ਸਾਡਾ ਦੋਨਾਂ ਦਾ ਪਹਿਲਾ ਰਿਕਾਰਡ ਹੋਇਆ ਸੀਗਾ ਉਹ ਸਾਡੀ ਸੋਲੋ ਸੋਲੋ ਗਾਣੇ ਸੀਗੇ ਤੇ ਕੈਸਟ ਦਾ ਨਾਮ ਸੀਗਾ ਭਾਬੀਆ ਗਿੱਧੇ ਵਿੱਚ ਨੱਚ ਲੈ। ਉਹਦੇ ਵਿੱਚ ਇਹਨਾਂ ਦੇ ਸੋਲੋ ਗਾਣੇ ਸੀਗੇ, ਮਾਝੇ ਮਾਲਵੇ ਦੁਆਬੇ ਦੀਆਂ ਜੱਟੀਆਂ ਜੀ, ਭਾਬੀ ਬਹਿ ਜਾ ਹੋ ਗਈ ਸਾਰੇ ਪਿੰਡ ਵਿੱਚ ਨੀ, ਮੇਰਾ ਸੀਗਾ ਗਾਣਾ ਯੂਕੇ ਦੇ ਵਿੱਚ, ਉਹਦਾ ਨਾਮ ਸੀ ਗਿੱਧਾ ਬੀਟ। ਗਿੱਧਾ ਅੱਜ ਤੱਕ ਰੈਕਡ ਮਤਲਬ ਉਹਦਾ ਹੈਗਾ ਉਸ ਐਲਬਮ ਦਾ। ਉਹਦੇ ਵਿੱਚ ਗਾਣੇ ਸੀਗੇ ਭਾਬੀ ਮੇਰੀ ਕੁੱਤ ਕਰਦੇ ਅਤੇ ਮਾਝੇ ਮਾਲਵੇ ਦੁਆਬੇ ਦੀਆਂ ਜੱਟੀਆਂ, ਪਰ ਉਹ ਸਾਹਮਣੇ ਚਵਾਰਾ ਸੋਹਣਾ ਯਾਰ ਦਾ ਲੜ ਜਾਂਦੀ ਅੱਖ ਯਾਰਾਂ ਦੀ, ਉਹ ਮਤਲਬ ਫਸਟ ਮਤਲਬ ਐਲਬਮ ਸੀਗੀ ਅਤੇ ਬੜੀ ਰੱਬ ਦੀ ਰਹਿਮਤ ਹੋਈ, ਬੜੀ ਕਿਰਪਾ ਹੋਈ ਉਹਦੇ 'ਤੇ। ਕਿਹੜੇ ਵਰ੍ਹੇ ਦੇ ਵਿੱਚ ਸੀ ਜੀ ਇਹ? ਹੋਈ ਸੀਗੀ 88 ਦੇ ਵਿੱਚ, ਮਤਲਬ 87 ਦੇ ਵਿੱਚ ਰਿਕਾਰਡ ਹੋਈ ਸੀ, 88 ਦੇ ਵਿੱਚ ਰਿਲੀਜ਼। ਹਾਂਜੀ, 88 ਦੇ ਵਿੱਚ ਫਿਰ ਇਹ ਰਿਲੀਜ਼ ਹੋਈ ਸੀਗੀ। ਅਤੇ ਮਤਲਬ ਕਿ ਇਹ ਸਾਡੇ ਪਹਿਲੇ ਸੀਗੇ ਗਾਣੇ, ਜਿਵੇਂ ਜੀਜਾ ਵੀ ਤੇਰੀ ਸਾਲੀ ਨੱਚਦੀ, ਇੱਦਾਂ ਦੇ ਗਾਣੇ ਸੀਗੇ। ਤੇ ਦੋਵਾਂ ਨੇ ਦੁਗਾਣਾ ਕਿਹੜਾ ਪਹਿਲਾਂ ਇਕੱਠਾ ਹੈਗਾ? ਉਹ ਸੀਗਾ ਰੀਲਾਂ ਦੀ ਦੁਕਾਨ ਕਰਕੇ ਸੀਗਾ, ਤੇ ਕੈਸਟ ਦਾ ਨਾਮ ਵੀ ਰੀਲਾਂ ਦੁਕਾਨ ਸੀਗੀ ਨਾ, ਚੌਂਕ ਵਿੱਚ ਖੋਲੀ ਬੈਠਾ ਰੀਲਾਂ ਦੀ ਦੁਕਾਨ। ਜੇ 93 ਦੇ ਵਿੱਚ ਹੋ ਜਾਵੇ ਜੀ ਫਿਰ ਤਾਂ ਗੱਲ ਬਣ ਜਾਂਦੀ, ਤਾਂ ਮਜ਼ਾ ਹੀ ਆ ਜਾਏ। 93 ਗੁੱਸਾ ਕਰੂਗੀ? ਨਹੀਂ, ਆਪਾਂ ਮਨਾ ਲਾਂਗੇ। ਉਹਦੇ ਵਿੱਚ ਕਾਫੀ ਸਾਰੇ ਗਾਣੇ ਸੀ ਜਿਹੜੇ ਪਾਪੂਲਰ ਹੋਏ ਸੀ ਨਾ। ਕਰੀਏ, ਮੇਰੇ ਦਿਮਾਗ 'ਚ ਹਜੇ ਲਾਈਨ ਹੈ ਨਹੀਂ, ਪਰ ਮੈਂ ਦੇਖਦੀ ਹਾਂ ਵੀ ਆ ਗਈ ਕਿ ਨਹੀਂ। ਜਦੋਂ ਨਾ ਚੌਂਕ ਵਿੱਚ ਖੋਲੀ ਬੈਠਾ ਰੀਲਾਂ ਦੀ ਦੁਕਾਨ, ਚੌਂਕ ਵਿੱਚ ਖੋਲੀ ਬੈਠਾ ਰੀਲਾਂ ਦੀ ਦੁਕਾਨ, ਜਾਵੇ ਰੀਲ ਉੱਤੇ ਰੀਲ ਤੂੰ ਕਿਵੇਂ ਸੀ? ਫਿਰ ਗਾਣਾ ਸਾਲ ਦੋ ਸਾਲ ਗਾਇਆ ਸੀ, ਉਸ ਤੋਂ ਬਾਅਦ ਫਿਰ ਅਗਲੇ ਨਵੇਂ ਨਵੇਂ ਗਾਣੇ। ਤੁਸੀਂ ਐ ਕਰੋ, ਜਿਹੜਾ ਤੁਹਾਨੂੰ ਯਾਦ ਹੈ ਗਾਣਾ ਜਿਹੜਾ ਦੋਵਾਂ ਦਾ ਇਕੱਠਿਆਂ ਦਾ ਸੈਟ, ਉਸ ਤੋਂ ਬਾਅਦ ਬਹੁਤ ਮਕਬੂਲ ਹੋ ਗਿਆ। ਸੁਣ ਲਿਆ ਨਾ ਜਿਹੜਾ ਨਹੀਂ ਯਾਦ ਸੀ, ਹੁਣ ਯਾਦ ਵਾਲਾ ਸੁਣਾ ਦਿਓ। ਹੁਣ ਤਾਂ ਮੈਨੂੰ ਯਾਦ ਸੀ ਨਾ, ਨਹੀਂ ਜਾਵੇ ਹੋਰ ਅਨੁਦਬਲੀ ਚੱਜ ਦਾ ਤੇ ਗੀਤ ਸੁਣਾਈ ਵੇ, ਹਾਂ ਚੱਜ ਦਾ ਵਿਚਾਰ ਤੇ ਚੱਜ ਦਾ ਗੀਤ। ਓਏ ਅਮਲਾ ਜੱਟ ਕਰਾਰਾਂ ਪਟਿਆਲੀ ਨਾਲ ਤੂੰ ਵੀ ਦੇ ਗਾਵੇ, ਵਾਹ ਓਨੇ ਕੀ ਦਾ ਛਪਾਰ ਦਾ ਮੇਲਾ ਸੁਣ ਮਸਤੀ ਚੜ ਜਾਵੇ, ਵਾਹ ਏਕ ਨਰਿੰਦਰ ਬੀਬਾ ਖਿੱਚੇ ਕਿਆ ਬਾਤ ਹੋ ਨੀ, ਏਕ ਨਰਿੰਦਰ ਬੀਬਾ ਖਿੱਚੇ ਗਲ ਵਿੱਚੋਂ ਖੁਣ ਖੁਣ ਯਾਦ ਆ ਗਿਆ। ਮਨ ਪਾਉਂਦੀਆਂ ਕਲੀਆਂ ਗੀਤ ਗੀਤ ਬੈਠ ਕੇ ਸੁਣਨੀ, ਮਨ ਪਾਉਂਦੀਆਂ ਕਲੀਆਂ, ਯਾਦ ਕਰਾ ਦੋ ਤੁਸੀਂ ਕਿਆ ਸਾਲ ਪੁਰਾਣਾ ਗਾਣਾ। ਬਹੁਤ ਕਮਾਲ ਹੈ। ਦੇਖੋ ਉਦੋਂ ਵਿਸ਼ੇ ਜੀ, ਉਦੋਂ ਖੁਸ਼ੀਆਂ, ਉਦੋਂ ਮੁਹੱਬਤਾਂ ਕਿਹੋ ਜਿਹੀਆਂ ਸੀਗੀਆਂ? ਅੱਜ ਤਾਂ ਸਾਰਾ ਕੁਝ ਬਦਲ ਗਿਆ ਨਾ, ਅੱਜ ਵਿਸ਼ੇ ਵੀ ਉਗੜੇ ਦੁਗੜੇ ਜਿਹੇ ਬਣ ਗਏ ਆ, ਸਾਰਾ ਕੁਝ ਖਿੰਡ ਗਿਆ। ਐਕਚੁਅਲੀ
ਦੋ ਚੀਜ਼ਾਂ ਨੇ, ਦੋ ਹੀ ਚੀਜ਼ਾਂ ਆਪਣੀ ਆਪਣੀ ਸਹੀ ਨੇ। ਇੱਕ ਤਾਂ ਹੈ ਵੀ ਤੂੰ ਵੀ ਬਦਲ ਜਾ ਜ਼ਫ਼ਰ ਕੇ ਜ਼ਮਾਨਾ ਬਦਲ ਗਿਆ। ਇੱਕ ਤਾਂ ਇਹ ਗੱਲ ਹੋ ਗਈ ਵੀ ਜਿੱਦਾਂ ਜ਼ਮਾਨਾ ਚੱਲਦਾ ਉਹਦੇ ਨਾਲ ਬਦਲੋ। ਇੱਕ ਇਹਦੇ ਬਰਅਕਸ ਬਿਲਕੁਲ ਉਲਟ ਉਹ ਹੈ ਵੀ ਕੁਛ ਹੋਤੇ ਹੈ ਜੋ ਚਲਤੇ ਹੈ ਜ਼ਮਾਨੇ ਕੇ ਸਾਥ, ਕੁਛ ਵੋ ਹੋਤੇ ਹੈ ਜੋ ਜ਼ਮਾਨੇ ਕੋ ਬਦਲ ਦੇਤੇ ਹੈ। ਅਸੀਂ ਕੋਸ਼ਿਸ਼ ਕੀਤੀ ਦੋਨਾਂ ਦੇ ਵਿੱਚ ਨਿਭਣ ਦੀ, ਪਹਿਲਾਂ ਉਹ ਕੀਤਾ ਜੋ ਚੱਲਦਾ ਸੀਗਾ, ਫਿਰ ਉਹ ਕੀਤਾ ਜੋ ਨਹੀਂ ਚੱਲਦਾ ਸੀਗਾ ਉਹ ਚਲਾਇਆ। ਫਿਰ ਮਾਲਕ ਦੀ ਕਿਰਪਾ, ਪਹਿਲਾਂ ਜ਼ਮਾਨਾ ਜੋ ਚੱਲ ਰਿਹਾ ਸੀ ਉਹਦੇ ਵਿੱਚ ਅਸੀਂ ਐਂਟਰ ਕੀਤੇ ਹਨਾ, ਦੌੜ ਦੇ ਵਿੱਚ ਗਏ, ਫਿਰ ਜਦੋਂ ਦੇਖਿਆ ਸੀ ਹੁਣ ਉਸ ਸਪੀਡ ਦੇ ਵਿੱਚ ਆਰਾਮ ਨਾਲ ਜਾ ਰਹੇ ਹਾਂ, ਫਿਰ ਅਸੀਂ ਆਪਣੇ ਮਨ ਦੀ ਗੱਲ ਕੀਤੀ। ਜੀ, ਅਸਲ ਦੇ ਵਿੱਚ ਜਦੋਂ ਤੁਹਾਨੂੰ ਪਲੇਟਫਾਰਮ ਮਿਲ ਜਾਂਦਾ ਨਾ ਇੱਕ, ਫਿਰ ਤੁਸੀਂ ਆਪਣੇ ਮਨ ਦੀ ਗੱਲ ਕਰਦੇ। ਬਿਲਕੁਲ, ਹੁਣ ਉਸ ਜ਼ਮਾਨੇ ਦੇ ਵਿੱਚ ਕੋਈ ਕਲਾਸੀਕਲ ਟਾਈਪ, ਕੋਈ ਰੂਹ ਵਾਲੀ, ਰੂਹ ਵਾਲਾ ਕੋਈ ਕੰਪੋਜੀਸ਼ਨ, ਰੂਹ ਵਾਲਾ ਕੋਈ ਲਿਟਰੇਰੀ ਗਾਣਾ ਨਹੀਂ ਸੀ ਹੁੰਦਾ। ਸੋ ਮੈਂ ਪਹਿਲੀ ਵਾਰ ਮੈਂ ਕੀਤਾ, ਪਰਮਾਤਮਾ ਨੇ ਔਰ ਆਵਾਮ ਨੇ ਪਸੰਦ ਕੀਤਾ ਸਾਰਾ ਕੁਛ, ਇਹਦੇ ਕਰਕੇ ਹੀ ਉਹ ਪੋਸੀਬਲ ਹੋਇਆ ਸਾਰਾ ਕੁਛ ਜੋ ਹੋਇਆ। ਉਹਦੇ ਵਿੱਚ ਫੁੱਲਾਂ ਦੀ ਇੱਕ ਚੀ ਵਪਾਰ ਨੇ ਕੰਡਿਆਂ ਦੇ ਭਾਤਸ਼ਾਹ ਨੂੰ ਤੋਰ, ਮਤਲਬ ਇੱਦਾਂ ਦੇ ਮਾਹੌਲ ਦੇ ਵਿੱਚ ਇੱਦਾਂ ਦਾ ਲਿਟਰੇਰੀ ਜਦੋਂ ਡਿਊਟ ਬਹੁਤ ਜ਼ਿਆਦਾ ਚੱਲ ਰਹੀ ਸੀ ਉਸ ਟਾਈਮ, ਫਿਰ ਇਹ ਵਾਲੇ ਇੱਦਾਂ ਦੇ ਗਾਣੇ ਚਲਾਏ ਤੇ ਉਹਦੇ ਵਿੱਚ ਗੁਰੂ ਜੀ ਹੋਜਾ ਸਾਹਿਬ ਦਾ ਮਿਊਜ਼ਿਕ ਔਰ ਪ੍ਰੀਤਮਿੰਦਰ ਤਿਵਾੜੀ ਸਾਹਿਬ ਦਾ ਲਿਖਿਆ ਗਾਣਾ ਤੇ ਇੱਕ ਛੋਟਾ ਜਿਹਾ ਜਿਹੜਾ ਯੋਗਦਾਨ ਸੀ ਉਹ ਮੇਰਾ ਵੀ ਸੀਗਾ ਗਾਣ ਦਾ। ਸੋ ਉਹ ਤਿੰਨੇ ਚੀਜ਼ਾਂ ਦੇ ਸੁਮੇਲ ਨੇ ਉਹ ਐਸੀ ਇੱਕ ਪਿਰਤ ਪਾਈ, ਹਰ ਕਲਾਕਾਰ ਨੂੰ ਇੱਕ ਸੁਰੀਲਾ ਗਾਣਾ ਐਲਬਮ 'ਚ ਦੇਣਾ ਪਿਆ। ਕਿਆ ਬਾਤ ਹੈ। ਫਿਰ ਉਹ ਉਹਦੀ ਰੇਸ਼ੋ ਵਧੀ, ਫਿਰ ਹਰ ਐਲਬਮ 'ਚ ਦੋ ਹੋ ਗਏ, ਫਿਰ ਤਿੰਨ ਹੋ ਗਏ, ਹੁਣ 50-50 ਨੇ ਤੇ 50-50 ਲੋਕ ਸੁਣਦੇ ਨੇ ਹੁਣ। ਅਸੀਂ ਜਦੋਂ ਉੱਧਰ ਗਿੱਦੜਵਾਹੇ ਤੋਂ ਅੱਗੇ ਫਾਜ਼ਿਲਕਾ, ਅਬੋਹਰ, ਗੰਗਾਨਗਰ, ਚੱਕ, ਛੱਤੀ, ਚੱਕ 50 ਜਾਣਾ ਰਾਜਸਥਾਨ ਦੇ ਵਿੱਚ, ਉਹ ਇਹੋ ਜਿਹੀ ਆਡੀਅੰਸ ਦੇ ਵਿੱਚ ਤੇ ਤੁਸੀਂ ਸ਼ਿਵ ਕੁਮਾਰ ਬਟਾਲਵੀ ਨੂੰ ਗਾ ਰਹੇ ਹੋ। ਵਾਹ, ਕੀ ਬਾਤ ਹੈ। ਤੇ ਇਹ ਫਿਰ ਉਦੋਂ ਇੱਕ ਤੂਫਾਨ ਦਾ ਸਾਹਮਣਾ ਕਰਨ ਵਾਲੀ ਗੱਲ ਸੀਗੀ ਤੇ ਉਹ ਇੱਕ ਆਦਤ ਪਾਈ ਹੈ ਨਾ। ਹਾਂ, ਇੱਕ ਸ਼ੇਰ ਹੈ ਵੀ ਉਹ ਫਜ਼ਾਂ ਕੀ ਰੁਤਮੇ, ਫਜ਼ਾਂ ਕੀ ਰੁਤਮੇ ਗੁਲਾਬ ਲਹਿਜਾ ਬਣਾ ਕੇ ਰੱਖਣਾ ਕਮਾਲ ਯੇ ਹੈ। ਕੀ ਬਾਤ ਹੈ। ਫਜ਼ਾਂ ਕੀ ਰੁਤਮੇ ਗੁਲਾਬ ਲਹਿਜਾ ਬਣਾ ਕੇ ਰੱਖਣਾ ਕਮਾਲ ਯੇ ਹੈ, ਹਵਾ ਕੀ ਜ਼ਦ ਮੇ, ਹਵਾ ਦੀ ਜ਼ਿੱਦ ਹੁੰਦੀ ਹੈ ਨਾ, ਮੈਂ ਹਵਾ ਕੀ ਜ਼ਦ ਮੇ ਦੀਆ ਜਲਾਨਾ ਔਰ ਜਲਾ ਕੇ ਰੱਖਣਾ ਕਮਾਲ ਯੇ ਹੈ। ਕੀ ਬਾਤ ਹੈ, ਕੀ ਬਾਤ ਹੈ, ਬਹੁਤ ਕਮਾਲ ਹੈ ਨਾ। ਕੀ ਤੁਹਾਡੇ ਦੌਰ ਤੋਂ ਬਿਲਕੁਲ ਵਿਰੋਧ ਦੇ ਵਿੱਚ ਤੁਸੀਂ ਉਲਟਾ ਕੰਮ ਕਰਨਾ ਤੇ ਉਹ ਵੀ ਕਬੂਲ ਹੋ ਜਵੇ ਹੈ ਨਾ। ਇੱਕ ਤਾਂ ਮੇਰੀ ਹੋਰ ਨਿੱਜੀ ਸਵਾਲ ਆ ਮੇਰਾ, ਉਹ ਇਹ ਹੈ ਕਿ ਬਾਕੀ ਕਿਹਦੇ ਲਈ ਸੀ? ਨਹੀਂ ਨਹੀਂ, ਉਹ ਮੈਂ ਇੱਕ ਜਾਣਕਾਰੀ ਦੇ ਰੂਪ ਦੇ ਵਿੱਚ ਹਾਸਲ ਕਰਨਾ ਚਾਹੁੰਦਾ ਜੋ ਮੈਂ ਹੁਣ ਤੱਕ ਸੁਣਦਾ ਆਇਆ ਵੱਖ ਵੱਖ ਲੋਕਾਂ ਤੋਂ। ਉਹ ਕਹਿੰਦੇ ਵੀ ਜਦੋਂ ਇੱਕੋ ਖੇਤਰ ਦੇ ਦੋ ਵਿਅਕਤੀ ਮਰਦ ਔਰਤ ਜੁੜ ਜਾਂਦੇ ਆ, ਹਮ ਸਫ਼ਰ ਬਣ ਜਾਂਦੇ ਆ, ਫਿਰ ਜ਼ਿੰਦਗੀ ਦੇ ਵਿੱਚ ਅੜਚਣਾਂ ਬੜੀਆਂ ਆਉਂਦੀਆਂ, ਭਾਵੇਂ ਉਹ ਕਿਸੇ ਵੀ ਖੇਤਰ ਨਾਲ ਸੰਬੰਧਿਤ ਹੋਣ। ਕਈ ਵਾਰ ਕੋਈ ਕਾਰਨ ਬਣ ਜਾਂਦਾ, ਕਈ ਵਾਰ ਕੋਈ ਕਾਰਨ ਬਣ ਜਾਂਦਾ। ਤੁਸੀਂ ਇਸ ਗੱਲ ਨੂੰ ਝੁਠਲਾ ਦਿੱਤਾ, ਕੀ ਇਹ ਗੱਲ ਜੋ ਮੈਂ ਸੁਣੀ ਆ ਉਹ ਸਹੀ ਹੈ ਕਿ ਗਲਤ ਹੈ? ਸਭ ਤੋਂ ਵੱਡੀ ਕਿਰਪਾ ਉਹ ਪਰਵਰਦੀਗਾਰ ਦੀ ਹੈ, ਕਿਉਂਕਿ ਉਹ ਕਰੇ ਕਰਾਵੇ ਆਪਿਆ, ਉਹਦੀ ਰਜ਼ਾ ਤੋਂ ਬਿਨਾਂ ਪੱਤਾ ਨਹੀਂ ਚੁੱਲਦਾ। ਔਰ ਅਸੀਂ ਲੱਖ ਪਿਆਰ 'ਚ ਰਹਿਣਾ ਚਾਹੀਏ, ਜੋ ਨਹੀਂ ਚਾਹੁੰਦਾ ਸਾਡੇ ਪਿਆਰ ਦੇ ਆਈ ਲਵ ਯੂ ਕਹਿਣ 'ਚ ਲੜਾਈ ਹੋ ਸਕਦੀ ਹੈ। ਬਿਲਕੁਲ ਸਹੀ। ਜਦੋਂ ਉਹ ਚਾਹੁੰਦਾ, ਕਿਉਂਕਿ ਇੱਕ ਜਗਜੀਤ ਸਿੰਘ ਹੋਰਾਂ ਦੀ ਗਜ਼ਲ ਹੈ ਵੀ ਇਸ ਮੇ ਨਾ ਕੋਈ ਸ਼ਿਕਵਾ ਨਾ ਸ਼ਿਕਾਇਤ ਨਾ ਕੋਈ ਗਿਲਾ ਹੈ, ਇਹ ਵੀ ਕੋਈ ਖਤ ਹੈ ਕਿ ਮੁਹੱਬਤ ਸੇ ਭਰਾ ਹੈ। ਜਿੱਥੇ ਪਿਆਰ ਨਹੀਂ ਉੱਥੇ ਤਕਰਾਰ ਨਹੀਂ, ਪਰ ਭਾਂਡੇ ਖੜਕਣੇ ਚਾਹੀਦੇ, ਟੁੱਟਣੇ ਨਹੀਂ ਚਾਹੀਦੇ। ਹਰ ਬੰਦਾ ਸਮਝਦਾਰ ਹੈ, ਮੇਰਾ ਖਿਆਲ ਹੈ ਵੀ ਜੇ ਇੱਕ ਫੀਲਡ ਦੇ ਵਿੱਚ ਤੁਸੀਂ ਹੈਗੇ ਹੋ ਤਾਂ ਤੁਹਾਨੂੰ ਬੈਨੀਫਿਟ ਨੇ, ਉਹ ਤੁਹਾਡੇ ਲਈ ਬੈਨੀਫਿਸ਼ਲ ਹੈ। ਕਿਉਂਕਿ ਜੇ ਮੈਂ ਸ਼ੂਟਿੰਗ ਤੋਂ ਲੇਟ ਘਰ ਆਇਆ, ਮੈਨੂੰ ਕਿਸੇ ਨੇ ਕੁਐਸਚਨ ਥੋੜ੍ਹਾ ਕਰਨਾ ਵੀ ਕਿੱਥੇ ਰਿਹਾ, ਕਿੰਨੇ ਸ਼ਾਰਟ ਸੀਗੇ, ਕਿੰਨੇ ਸੀਨ ਸੀ, ਕਿਹਦੇ ਨਾਲ ਸੀਨ ਸੀ, ਕਿਉਂਕਿ ਦੇ ਆਲਰੇਡੀ ਨੋਜ਼ ਐਵਰੀਬਡੀ, ਮੇਰੇ ਘਰ ਦੇ ਸਾਰੇ ਜਾਣਦੇ ਨੇ ਸ਼ੂਟਿੰਗ ਬਾਰੇ। ਜਦੋਂ ਇਹ ਜਾਂਦੀ ਹੈ ਮੈਂ ਥੋੜ੍ਹਾ ਇਹਨੂੰ ਪੁੱਛਣਾ ਵੀ ਅੱਜ ਸ਼ੂਟਿੰਗ ਕਿਉਂ ਲੇਟ ਹੋ ਗਈ, ਲੱਖ ਕਾਰਨ ਹੋ ਸਕਦੇ ਨੇ, ਬਿਲਕੁਲ ਲੱਖ ਰੀਜ਼ਨ ਹੋ ਸਕਦੇ ਨੇ ਉਹਦੇ ਵਿੱਚ। ਸੋ ਇੱਕ ਤਾਂ ਬੈਨੀਫਿਟ ਇਹ ਹੁੰਦਾ, ਜਿੱਥੇ ਅੰਡਰਸਟੈਂਡਿੰਗ ਨਹੀਂ ਹੈ ਉਹ ਭਾਵੇਂ ਫੀਲਡ ਦੇ ਹੈ ਭਾਵੇਂ ਆਊਟ ਆਫ ਫੀਲਡ ਹੈ। ਰਾਤੀ ਆਪਾਂ ਨੂੰ ਐਕਸਪੀਰੀਅੰਸ ਹੋਇਆ ਸੀ ਇਹਦਾ, ਆਪਾਂ ਰਿਕਾਰਡਿੰਗ ਕਰਨ ਗਏ ਸੀਗੇ, ਕੋਈ ਕੋਰਸ ਕਰਨਾ ਸੀਗਾ ਅਸੀਂ ਗਾਣੇ ਦੇ ਪਿੱਛੇ ਫਿਲਮ ਦਾ ਅਤੇ ਉਹ ਕੁਛ ਲੜਕੀਆਂ ਸੀਗੀਆਂ ਜਿਹੜੀਆਂ ਬੈਕ ਵੋਕਲ ਕਰਦੀਆਂ ਸੀਗੀਆਂ, ਅਤੇ ਉਹਦੇ ਬਹੁਤ ਅੱਛੀ ਸੁਰੀਲੀ ਆਰਟਿਸਟ ਸੀਗੀ ਉਹ, ਪਰ ਉਹਦਾ ਵਿਆਹ ਇੱਦਾਂ ਦੇ ਬੰਦੇ ਨਾਲ ਹੋਇਆ ਜਿਹਨੂੰ ਇੰਨੀ ਨੌਲੇਜ ਨਹੀਂ ਸੰਗੀਤ ਬਾਰੇ, ਨਾ ਉਹਨੂੰ ਇਸ ਕਿੱਤੇ ਦਾ ਪਤਾ, ਉਹਦਾ ਆਪਣਾ ਅਲੱਗ ਆਪਣਾ ਕੋਈ ਬਿਜ਼ਨਸ ਸੀਗਾ। ਅਤੇ ਉਹ ਮਤਲਬ ਕਿ 12 ਵੱਜ ਗਏ, ਸਾਨੂੰ ਕਾਫ਼ੀ ਲੇਟ ਹੋ ਗਿਆ ਸੀ ਉਹਨਾਂ ਗਾਣਾ ਕਰਦੇ ਕਰਦੇ, ਇੱਕ ਦੋ ਵੱਜ ਗਏ, ਅਤੇ ਉਹਦੇ ਘਰੋਂ ਫੋਨ 'ਤੇ ਫੋਨ ਉਹਨੂੰ ਗੁੱਸਾ ਕਰ ਰਿਹਾ ਉਹਦਾ ਹਸਬੈਂਡ ਬਹੁਤ, ਉਹ ਵਿਚਾਰੀ ਨਾ ਰੋ ਪਈ
ਬਾਅਦ ਚੋਂ ਪਹਿਲਾਂ ਸਾਨੂੰ ਗੱਲ ਨਹੀਂ ਸੀ ਕਰ ਰਹੀ ਸੀ ਵੀ ਗੱਲ ਕੀ ਆ ਵੀ ਲਾਈਨ ਤੁਸੀਂ ਬੜਾ ਸੋਹਣਾ ਗਾਉਂਦੇ ਗਾਉਂਦੇ ਇੱਕਦਮ ਕੀ ਹੋ ਗਿਆ ਕਿਉਂ ਵੱਟ ਲਈ ਵੀ ਇੱਦਾਂ ਤੁਹਾਡਾ ਉਹ ਫੀਲ ਕਿਉਂ ਚੱਲੇਗਾ ਗਾਣੇ ਦਾ ਫਿਰ ਉਹ ਰੋਏ ਪਈ ਕਹਿੰਦੀ ਮੈਨੂੰ ਤੁਸੀਂ ਘਰ ਜਾਣ ਦਿਓ ਮੇਰੇ ਹਸਬੈਂਡ ਮੈਨੂੰ ਬਹੁਤ ਝਿੜਕਾਂ ਮਾਰ ਰਹੇ ਨੇ ਵੀ ਇੰਨਾ ਟਾਈਮ ਹੋ ਗਿਆ ਇੱਦਾਂ ਦਾ ਮੈਂ ਕਿਹਾ ਹੈ ਤੂੰ ਉਹਨਾਂ ਨੂੰ ਪਤਾ ਨਹੀਂ ਤੂੰ ਅੱਗੇ ਕੰਮ ਨਹੀਂ ਕਰਦੀ ਕਹਿੰਦੀ ਨਹੀਂ ਜੀ ਮੈਂ ਤਾਂ ਦਿਨੇ ਦਿਨੇ ਕੰਮ ਕਰਕੇ ਮੈਂ ਤਾਂ 6-7 ਵਜੇ ਘਰ ਚੱਲ ਜਾਂਦੀ ਹਾਂ ਮੈਂ ਕਿਹਾ ਅੱਛਾ ਸਾਨੂੰ ਪਹਿਲਾਂ ਦੱਸਣਾ ਸੀਗਾ ਮੈਂ ਕਿਹਾ ਤੁਹਾਡੇ ਹਸਬੈਂਡ ਨੂੰ ਪਤਾ ਨਹੀਂ ਹੈਗਾ ਇਸ ਲਾਈਨ 'ਚ ਕਿੱਦਾਂ ਕਹਿੰਦੇ ਨਹੀਂ ਜੀ ਇਹੀ ਤਾਂ ਮਾੜੀ ਕਿਸਮਤ ਆ ਵੀ ਮੇਰਾ ਵਿਆਹ ਇੱਦਾਂ ਦੇ ਬੰਦੇ ਨਾਲ ਹੋਇਆ ਵੀ ਜਿਹੜਾ ਇਸ ਲਾਈਨ ਬਾਰੇ ਕੁਛ ਜਾਣਦਾ ਹੀ ਨਹੀਂ ਹੈਗਾ ਅਤੇ ਕਹਿੰਦੇ ਇਸ ਕਰਕੇ ਕਹਿੰਦੇ ਤੁਸੀਂ ਬਹੁਤ ਖੁਸ਼ਕਿਸਮਤ ਹੋ ਮੈਨੂੰ ਕਹਿੰਦੀ ਵੀ ਤੁਸੀਂ ਆਪਸ ਵਿੱਚ ਦੋਨੋਂ ਬਹੁਤ ਖੁਸ਼ਕਿਸਮਤ ਹੋ ਵੀ ਤੁਸੀਂ ਇੱਕ ਲਾਈਨ ਦੇ ਵਿੱਚੋਂ ਤੁਹਾਨੂੰ ਪਤਾ ਹੈ ਸੱਚ ਕਹਿੰਦੇ ਹੁਣ ਮੈਨੂੰ ਜਾ ਕੇ ਘਰ 'ਚ ਕੀ ਹੋਣਾ ਮੇਰੇ ਨਾਲ ਕਹਿੰਦੀ ਮੈਨੂੰ ਕੁਛ ਨਹੀਂ ਪਤਾ ਸੋ ਇਸ ਕਰਕੇ ਇੱਕੋ ਕਿੱਥੇ ਦੇ ਬੰਦੇ ਹੋਣ ਤਾਂ ਪਤਾ ਹੁੰਦਾ ਬਿਲਕੁਲ ਜੇ ਤੁਹਾਡੀ ਅੰਡਰਸਟੈਂਡਿੰਗ ਹੈ ਤੁਸੀਂ ਇੱਥੇ ਸਵਰਗ ਹੈ ਜੇ ਅੰਡਰਸਟੈਂਡਿੰਗ ਨਹੀਂ ਤੁਹਾਡੀ ਤਾਂ ਇੱਥੇ ਇਹਦੇ ਵਰਗਾ ਨਰਕ ਕੋਈ ਬਿਲਕੁਲ ਸਹੀ ਗੱਲ ਹੈ ਨਾ ਤੇ ਅਸੀਂ ਗਾਣੇ ਵੈਸੇ ਉਦਾਂ ਬਹੁਤ ਗਾਏ ਇੱਦਾਂ ਦੇ ਤੱਕਦੀ ਮੈਂ ਰਹਿ ਗਈ ਮਾਈਆ ਤੈਨੂੰ ਕੁਝ ਕਹੇਗੀ ਮਾਈਆ ਤੂੰ ਵੀ ਹੱਸਿਆ ਬੁੱਲਾਂ ਤੇ ਹੱਥ ਧਰ ਕੇ ਫਿਰ ਦੱਸ ਤੇਰੀ ਕੀ ਲੱਗਦੀ ਜਿਹਨੇ ਮੋੜ ਤੇ ਸਲਾਮੀ ਦਿੱਤੀ ਕਰਕੇ ਕੁਛ ਗੱਲਾਂ ਸਾਨੂੰ ਸਮਾਜ ਲੋਕਾਂ ਦੇ ਵਿੱਚੋਂ ਵੀ ਕਈ ਤੁਸੀਂ ਦੇਖੇ ਹੁੰਦੇ ਕਈ ਕਹਾਣੀਆਂ ਕੁਛ ਲੋਕਾਂ ਦੇ ਦੇਖੇ ਹੁੰਦੇ ਨਾ ਕਰੈਕਟਰ ਜੇ ਪਤਾ ਲੱਗਦਾ ਵੀ ਇੱਥੇ ਗਾਣਾ ਹੋਣਾ ਚਾਹੀਦਾ ਲੋਕੀ ਪਤਾ ਕੀ ਸੋਚਦੇ ਨੇ ਲੋਕੀ ਸਮਝਦੇ ਨੇ ਇਹਨਾਂ ਦੀ ਜ਼ਿੰਦਗੀ 'ਚ ਕੁਛ ਏਦਾਂ ਦਾ ਹੋ ਗਿਆ ਤਾਂ ਕਰਕੇ ਸੈਡ ਗਾਣੇ ਜਾਂ ਇੱਦਾਂ ਦੇ ਗਾਣੇ ਗਾਉਂਦੇ ਆ ਜੀ ਨਹੀਂ ਕਈ ਵਾਰੀ ਸਾਨੂੰ ਲੋਕਾਂ ਦੀਆਂ ਗੱਲਾਂ ਕਰਨੀਆਂ ਸਮਾਜ ਦਾ ਦਰਦ ਵੀ ਤਾਂ ਸਾਡੇ ਦਰਦ ਹੈ ਜੇ ਅਸੀਂ ਲੋਕ ਗਾਇਕ ਹਾਂ ਤਾਂ ਉਹਨਾਂ ਦਾ ਦਰਦ ਵੀ ਸਾਡਾ ਦਰਦ ਉਹਨਾਂ ਦੀ ਨਬਜ਼ ਦੇਖਣਾ ਉਹਨਾਂ ਦੇ ਅੰਦਰ ਕੀ ਚੱਲਦਾ ਕੀ ਭਾਵਨਾ ਕੀ ਫੀਲਿੰਗ ਆ ਸਾਨੂੰ ਓਦਾਂ ਦੇ ਗਾਣੇ ਫਿਰ ਉਹਨਾਂ ਨੂੰ ਓਦਾਂ ਦੀਆਂ ਫਿਲਮਾਂ ਓਦਾਂ ਦੇ ਰੋਲ ਦੇਣ ਮੈਂ ਇੱਕ ਗਾਣਾ ਗਾਇਆ ਜਦੋਂ ਹੋ ਗਈ ਮੇਰੀ ਡੋਲੀ ਮਾਇਆ ਅੱਖੀਆਂ ਤੋਲੇ ਪਿੱਛੋਂ ਵੇਖ ਵੇਖ ਰੋਮੀ ਮੇਰੇ ਗੁੱਡੀਆਂ ਪਟੋਲੇ ਹੁਣ ਲੋਕ ਪੁੱਛਦੇ ਜੀ ਤੁਹਾਡੀ ਬੇਟੀ ਤੁਸੀਂ ਬਹੁਤ ਪਿਆਰ ਮੈਂ ਕਿਹਾ ਮੇਰੀ ਬੇਟੀ ਨਹੀਂ ਹੈ ਪਰ ਪੂਰੇ ਪੰਜਾਬ ਹਿੰਦੁਸਤਾਨ ਦੀਆਂ ਬੇਟੀਆਂ ਮੇਰੀਆਂ ਬੇਟੀਆਂ ਵਾਹ ਕਿਆ ਬਾਤ ਮੇਰੀਆਂ ਬੇਟੀਆਂ ਨੇ ਹਰ ਮੈਂ ਅੱਜ ਵੀ ਕਿੰਨਾ ਮਾਡਰਨ ਯੁੱਗ ਹੋ ਗਿਆ ਹੁਣ ਤਾਂ ਕੁੜੀਆਂ ਰੋਂਦੀਆਂ ਹੀ ਨਹੀਂ ਜਿਵੇਂ ਇਹਨੂੰ ਮੈਂ ਕਿਹਾ ਵਿਆਹ ਨੂੰ ਵੀ ਰੋਲ ਹੈ ਥੋੜ੍ਹੀ ਜੀ ਥੋੜ੍ਹਾ ਜਿਹਾ ਸ਼ਗਨ ਤਾਂ ਕਰਨੇ ਨਹੀਂ ਫੀਲ ਨਹੀਂ ਹੋ ਰਿਹਾ ਸੀ ਡੋਲੀ ਲੈ ਕੇ ਆ ਰਿਹਾ ਸੀ ਫਿਰ ਰੋ ਨਹੀਂ ਸੀ ਰਹੀ ਅੱਛਾ ਸਾਰੇ ਮੈਨੂੰ ਮਿਲ ਮਿਲ ਕੇ ਰੋ ਰਹੇ ਨੇ ਤੇ ਮੈਂ ਚੁੱਪ ਸਟਿਲ ਐਦੀ ਜਾ ਰਹੀ ਹਾਂ ਮੈਨੂੰ ਕੁਛ ਪਤਾ ਨਹੀਂ ਫੀਲ ਨਹੀਂ ਹੋ ਰਿਹਾ ਮੇਰਾ ਵਿਆਹ ਮੈਨੂੰ ਲੱਗੇ ਮੈਂ ਹਜੇ ਪ੍ਰੋਗਰਾਮ ਤੇ ਜਾ ਰਹੀ ਹਾਂ ਤਿਆਰ ਹੋ ਕੇ ਪ੍ਰੋਗਰਾਮ ਤੇ ਜਾ ਰਹੀ ਹਾਂ ਸੰਦੂਰ ਮੈਂ ਪਿੱਛੇ ਜੇ ਮੈਂ ਕਿਹਾ ਥੋੜਾ ਜਿਹਾ ਰੋਲ ਹੈ ਲੋਕ ਖੜੇ ਨੇ ਚੰਗਾ ਨਹੀਂ ਲੱਗਦਾ ਮੇਰਾ ਬ੍ਰਦਰ ਰੋਵੇ ਮੇਰੇ ਪਾਪਾ ਰੋਣ ਮੰਮੀ ਰੋਵੇ ਸਾਰੇ ਰੋਣ ਮੈਨੂੰ ਮਿਲ ਮਿਲ ਕੇ ਤੇ ਹੁਣ ਤੁਹਾਨੂੰ ਮੈਨੂੰ ਲੱਗਦਾ ਬ੍ਰੇਕ ਇੱਕ ਵਫਾ ਲੈ ਲਈਏ ਜੀ ਜ਼ਰੂਰ ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ ਬਹੁਤ ਸਵਾਦ ਆ ਰਿਹਾ ਜੀ ਗੱਲਾਂ ਬਾਤਾਂ ਸੁਣ ਕੇ ਇਉਂ ਲੱਗਦਾ ਵੀ ਭਾਈ ਨਾ ਆਪਾਂ ਇਕੱਠੇ ਹੀ ਰਹਿੰਦੇ ਹਾਂ ਤੇ ਇਕੱਠੇ ਵਿਚਰਦੇ ਹਾਂ ਤੇ ਅਸੀਂ ਤੁਹਾਡੇ ਸਫ਼ਰ ਨੂੰ ਨਾਲ ਰਹਿ ਰਹਿ ਕੇ ਮਾਣਦੇ ਹਰ ਰੋਜ਼ ਹੁਣ ਜਦੋਂ ਗੱਲਾਂ ਬਾਤਾਂ ਅੱਗੇ ਵਧੀਆਂ ਸਵਰਨ ਜੀ ਇੱਦਾਂ ਹੁੰਦੀ ਗੱਲ ਤਾਂ ਆਪਾਂ ਮਿਲੀਏ ਭਾਵੇਂ ਸਾਲਾਂ ਵਧੀ ਜੀ ਪਰ ਜਿਹੜੀ ਰੂਹ ਦੇ ਵਿੱਚ ਕਸ਼ਿਸ਼ ਹੁੰਦੀ ਹੈ ਕਿ ਖਿੱਚ ਹੁੰਦੀ ਹੈ ਉਹ ਨਹੀਂ ਜਾਣੀ ਚਾਹੀਦੀ ਬਿਲਕੁਲ ਤੇ ਮਿਲਣ ਨਾਲ ਪਿਆਰ ਨਹੀਂ ਵੱਧਦਾ ਸਹੀ ਤੇ ਜਦੋਂ ਪਿਆਰ ਹੈ ਉਹਦੇ ਕਰਕੇ ਮਿਲਣਾ ਚਾਹੀਦਾ ਬਿਲਕੁਲ ਸਹੀ ਹੈ ਕਿਉਂਕਿ ਜੇ ਤੂੰ ਦੇਰ ਮੇਰਾ ਦਰ ਹੈ ਤਾਂ ਮੈਂ ਤੇਰਾ ਘਰ ਹਾਂ ਜੇ ਤੂੰ ਮੇਰਾ ਘਰ ਹੈ ਤਾਂ ਮੈਂ ਤੇਰਾ ਦਰ ਹਾਂ ਅਸੀਂ ਦੋਨੋਂ ਰਲ ਕੇ ਬੈਠੇ ਹਾਂ ਇਸ ਤਰ੍ਹਾਂ ਇੰਨਾ ਪਤਾ ਨਹੀਂ ਕਿ ਤੂੰ ਮੇਰੇ ਘਰ ਹੈ ਕਿ ਮੈਂ ਤੇਰੇ ਕੀ ਬਾਤ ਕੀ ਬਾਤ ਹੈ ਭਾਈ ਜੇ ਹੁਣ ਕੋਈ ਦੁਗਾਣਾ ਹੋ ਜਾਏ ਫਿਰ ਇਕੱਠਿਆਂ ਦਾ ਜਿਹੜਾ ਵੀ ਤੁਹਾਨੂੰ ਬਹੁਤ ਦਿਲ ਦੇ ਕੇ ਅਕਸਰ ਤੁਸੀਂ ਕਿਤੇ ਸਫ਼ਰ ਵੇਲੇ ਜਾਂ ਕਿਤੇ ਘਰ 'ਚ ਜਦੋਂ ਕਿਤੇ ਫ੍ਰੀ ਟਾਈਮ ਹੋਵੇ ਤਾਂ ਤੁਸੀਂ ਇਕੱਠੇ ਗਾਉਂਦੇ ਹੋ ਕਾਫੀ ਸਾਰੇ ਗਾਉਂਦੇ ਹੋ ਪਤਾ ਨਹੀਂ ਹੋਣਾ ਜਿਹੜਾ ਵੀ ਉਹਦੇ 'ਚ ਸਭ ਤੋਂ ਚੰਗਾ ਤੁਹਾਨੂੰ ਲੱਗਦਾ ਸਫ਼ਰ ਜਦੋਂ ਹੁੰਦਾ ਨਾ ਇੱਕ ਵਾਰੀ ਅਸੀਂ ਜਾ ਰਹੇ ਸ਼ਿਮਲੇ ਜੀ ਤਾਂ ਰਸਤੇ 'ਚ ਤੇਲ ਖਤਮ ਹੋ ਗਿਆ ਮੈਂ ਇਹਨੂੰ ਕਿਹਾ ਵੀ ਤੇਲ ਖਤਮ ਹੋ ਗਿਆ ਕਹਿੰਦਾ ਚੱਲ ਕੋਈ ਨਾ ਹੁਣ ਬੈਕ ਕਰ ਲਓ ਉਹ ਪਤਾ ਵੀ ਆਪੇ ਹੋ ਜਾਣੀ ਢਾਲਦੇ ਆ ਸਹੀ ਗੱਲ ਹੈ ਮੈਨੂੰ ਵੀ ਲੈ ਕੇ ਕੈਮਰੇ ਮੇਰੇ ਤੇ ਸਾਰੇ ਕਹਿੰਦੇ ਜੀ ਸਾਈਕਲ ਚਲਾਓ ਸਾਰੇ ਲੱਤਾਂ ਨਾਲ ਮੇਰੀ ਲੱਤ ਦੇ ਵਿੱਚ ਪ੍ਰੋਬਲਮ ਮੈਂ ਸ਼ੂਟਿੰਗ 'ਚ ਡਿੱਗ ਪਿਆ ਸੀਗਾ ਉਹ ਮੈਂ ਲੱਤ ਖੜੀ ਕਰ ਲਈ ਉਦਾਂ ਹੀ ਉਹ ਕਹਿੰਦੇ ਬਾਈ ਸਾਹਿਬ ਆਪ ਨੀ ਚਲਾ ਰਹੇ ਮੈਂ ਕਿਹਾ ਮੇਰਾ ਸਾਈਕਲ ਢਲਾਣ ਜਾਵੇ ਦੁਗਾਣਾ ਹੋ ਜਾਂਦੀ ਇੱਕ ਮੈਂ ਹੋਵਾਂ ਇੱਕ ਤੂੰ ਹੋਵੇ ਇੱਕ ਤੂੰ ਹੋਵੇ ਇੱਕ ਮੈਂ ਹੋਵਾਂ ਹੋਵੇ ਮਿੱਠੀ ਮਿੱਠੀ ਪੂਰ ਮਿੱਠੀ ਮਿੱਠੀ ਪੂਰ ਚੰਨਾ ਵੇ ਇੱਕ ਪਲਣਾ ਹੋਈਏ ਆਪਾਂ ਇੱਕ ਦੂਜੇ ਤੋਂ ਦੂਰ ਚੰਨਾ ਵੇ ਇੱਕ ਪਲਣਾ
ਹੋਈਏ ਆਪਾਂ ਇੱਕ ਦੂਜੇ ਤੋਂ ਦੂਰ ਚੱਲਾਂ ਵੇ ਇੱਕ ਪਲ ਨਾ ਹੋਈਏ ਇੱਕ ਤੂੰ ਹੋਵੇ ਨੀ ਇੱਕ ਮੈਂ ਹੋਵਾਂ ਇੱਕ ਮੈਂ ਹੋਵਾਂ ਨੀ ਇੱਕ ਤੂੰ ਹੋਵੇਂ ਹੋਵੇ ਵੱਖਰੀ ਵੱਖਰੀ ਪੂਰ ਉੱਤੋਂ ਵਰਦਾ ਹੋਵੇ ਨੂਰ ਬਿਲੋ ਨੀ ਇੱਕ ਪਲ ਨਾ ਹੋਈਏ ਆਪਾਂ ਇੱਕ ਦੂਜੇ ਤੋਂ ਦੂਰ ਬਿਲੋ ਇੱਕ ਪਲ ਨਾ ਹੋਈਏ ਆਪਾਂ ਇੱਕ ਦੂਜੇ ਤੋਂ ਦੂਰ ਬਿਲੋ ਇੱਕ ਪਲ ਨਾ ਹੋਈਏ ਕਿਆ ਬਾਤ ਆ ਕਿਆ ਬਾਤ ਬਈ ਸਿਰਾ ਲਾਤਾ ਥੈਂਕ ਯੂ ਕਮਾਲ ਹੀ ਕਰਤੀ ਸੱਚ ਅਨੰਦਤ ਸਿਰਾ ਲਾਤਾ ਅੱਤ ਕਰਾਤੀ ਗਾਡਰ ਹੋ ਗਿਆ ਗਾਡਰ ਗਾਡਰ ਜਬ ਕੱਢ ਤੋਕਾ ਤੋਕਾ ਫੇਸਬੁੱਕ ਫੇਸਬੁੱਕ ਲੱਗੀ ਨਵੇਂ ਨਵੇਂ ਸ਼ਬਦ ਸੁਣਦੇ ਆ ਰੋਜ਼ ਬਾਈ ਇਹ ਪਿੱਛੇ ਜੇ ਤੁਹਾਡੀ ਸਿਹਤ ਠੀਕ ਨਹੀਂ ਰਹੀ ਸੀ ਉਦੋਂ ਤੁਹਾਡੀ ਸਿਹਤ ਦੇ ਵਿੱਚ ਕੋਈ ਵਿਗਾੜ ਆ ਗਏ ਸੀ ਉਦੋਂ ਭੈਣ ਜੀ ਨੇ ਬੜੀ ਕੁਰਬਾਨੀ ਦਿੱਤੀ ਤੇ ਉਹਦੇ ਬਾਬਤ ਵੀ ਮੈਂ ਚਾਹੁੰਦਾ ਵੀ ਜੇਕਰ ਦੱਸਣਾ ਚਾਹੂੰ ਕਿਉਂਕਿ ਇਹ ਇੱਕ ਬੜੀ ਵੱਡੀ ਉਦਾਹਰਨ ਆ ਸਾਡੇ ਸਮਾਜ ਦੇ ਲਈ ਵੀ ਕੀ ਕੁਛ ਹੁੰਦਾ ਤੇ ਕਿਵੇਂ ਕਿਵੇਂ ਕਰ ਦੇਣਾ ਚਾਹੀਦਾ ਇਹ ਜੇ ਤੁਸੀਂ ਵਾਕਈ ਇੱਕ ਹੋ ਤਾਂ ਕਰਨਾ ਚਾਹੀਦਾ ਜੇ ਤੁਸੀਂ ਨਾਮ ਦੇ ਵਾਈਫ ਹਸਬੈਂਡ ਹੋ ਫਿਰ ਤਾਂ ਕੋਈ ਫਾਇਦਾ ਨਹੀਂ ਫਿਰ ਤਾਂ ਲਿਵਿੰਗ ਟੂਗੈਦਰ ਉਹ ਵੀ ਕੋਈ ਫਾਇਦਾ ਨਹੀਂ ਹੈਗਾ ਜੇ ਤੁਹਾਨੂੰ ਪਤਾ ਹੈ ਵੀ ਇੱਕ ਦੂਜੇ ਦੀ ਤੁਸੀਂ ਜ਼ਿੰਦਗੀ ਹੋ ਤਾਂ ਕੋਈ ਫਰਕ ਵੀ ਨਹੀਂ ਹੁੰਦਾ ਸੋ ਇਹ ਬਹੁਤ ਵੱਡੀ ਕੁਰਬਾਨੀ ਹੈ ਆਪਣਾ ਔਰਗਨ ਕਿਸੇ ਨੂੰ ਦੇਣਾ ਔਰ ਇਹ ਵੀ ਸੋਚ ਕੇ ਵੀ ਕੁਛ ਵੀ ਹੋ ਸਕਦਾ ਹੈ ਨਾ ਚਲੋ ਇਹ ਤਾਂ ਕੁਦਰਤ ਦੀ ਮਿਹਰਬਾਨੀ ਹੈ ਆਵਾਮ ਦਾ ਦੁਆਵਾਂ ਸਾਡੇ ਨਾਲ ਕਿ ਅਸੀਂ ਬਿਲਕੁਲ ਠੀਕ ਠਾਕ ਤੰਦਰੁਸਤ ਸ਼ੋਅ ਕਰਦੇ ਹਾਂ ਫਿਲਮਾਂ ਕਰਦੇ ਹਾਂ ਸਾਰਾ ਕੁਛ ਉਵੇਂ ਹੀ ਨੋਰਮਲ ਜ਼ਿੰਦਗੀ ਚੱਲ ਰਹੀ ਹੈ ਅਦਰਵਾਈਜ਼ ਇਹਦੇ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਕਈ ਲੋਕਾਂ ਨੂੰ ਇਹ ਵਹਿਮ ਹੁੰਦਾ ਵੀ ਔਰਗਨ ਦੇਣ ਨਾਲ ਨਾ ਜਿਹੜਾ ਡੋਨਰ ਹੈ ਵੀ ਉਹਨੂੰ ਕੋਈ ਬੜੀਆਂ ਪ੍ਰੋਬਲਮਸ ਆ ਜਾਂਦੀਆਂ ਅੱਛਾ ਇੱਦਾਂ ਦਾ ਕੁਛ ਨਹੀਂ ਹੁੰਦਾ ਅਤੇ ਹੁਣੇ ਇੱਕ ਅਸੀਂ ਸੰਸਥਾ ਜਿਹੜੀ ਹੈ ਜਿਹੜੀ ਅੰਗ ਡੋਨੇਟ ਜਿਹੜੇ ਔਰਗਨ ਡੋਨੇਟ ਕਰਨ ਦੀ ਉਹ ਕੈਨੇਡਾ ਤੁਸੀਂ ਗਏ ਹੋ ਉੱਥੇ ਅਸੀਂ ਉੱਥੇ ਰਹਿੰਦੇ ਹਾਂ ਉਹ ਜਦੋਂ ਆਪਾਂ ਲਾਇਸੈਂਸ ਅਪਲਾਈ ਕਰੀਦਾ ਜਾਂ PR ਕਾਰਡ ਅਪਲਾਈ ਕਰੀਦਾ ਪਹਿਲਾਂ ਪੁੱਛਦੇ ਹੈ ਵੀ ਜਿਹੜੇ ਤੁਹਾਡੇ ਔਰਗਨਸ ਨੇ ਉਹ ਤੁਸੀਂ ਡੋਨੇਟ ਕਰਨੇ ਆਫਟਰ ਡੈਥ ਤੇ ਉਹ ਕਰੇ ਦੇਣੇ ਚਾਹੀਦੇ ਆ ਬਿਲਕੁਲ ਸਹੀ ਕਿਉਂਕਿ ਇੱਕ ਬੰਦਾ ਜਿਹੜਾ ਹੈ ਨਾ ਉਹ 85 ਬੰਦਿਆਂ ਦੀ ਜ਼ਿੰਦਗੀ ਬਚਾ ਸਕਦਾ ਉਹਦੇ ਔਰਗਨ ਕੀ ਬਾਤ ਹੈ 85 ਬੰਦਿਆਂ ਦੀ ਜ਼ਿੰਦਗੀ ਬਚਾ ਸਕਦਾ ਕਿਉਂਕਿ ਆਈਸ ਬ੍ਰੇਨ ਤੇ ਹਾਰਟ ਕਿਡਨੀ ਲਿਵਰ ਇੱਦਾਂ ਦੀਆਂ ਕਿੰਨੀਆਂ ਚੀਜ਼ਾਂ ਨੇ ਇੱਕ ਬੰਦਾ 85 ਬੰਦਿਆਂ ਦੀ ਜਾਨ ਬਚਾ ਸਕਦਾ ਜਦਕਿ ਆਫਟਰ ਡੈਥ ਫਿਰ ਕਿਹਨੇ ਦੇਖਣਾ ਕੀ ਹੋਵੇ ਲੋਕ ਇਸ ਕਰਕੇ ਡਰਦੇ ਵੀ ਆਫਟਰ ਡੈਥ ਯਾਰ ਕਈ ਬੰਦਿਆਂ ਨੇ ਮੇਰੇ ਇਹ ਵੀ ਮੈਂ ਵਿਚਾਰ ਸੁਣਿਆ ਵੀ ਜਿਵੇਂ ਪਰਮਾਤਮਾ ਨੇ ਭੇਜਿਆ ਹੈ ਪਰਮਾਤਮਾ ਕੋਲ ਉਵੇਂ ਜਾਣਾ ਚਾਹੀਦਾ ਉਹ ਪਰਮਾਤਮਾ ਨੇ ਭੇਜਿਆ ਮਾਂ ਦੇ ਪੇਟ 'ਚ ਤੁਸੀਂ ਮਰੇ ਤਾਂ ਮਾਂ ਦੇ ਪੇਟ 'ਚ ਨਹੀਂ ਬਿਲਕੁਲ ਔਰ ਤੁਸੀਂ ਜਦੋਂ ਸੰਸਕਾਰ ਤੁਹਾਡਾ ਹੋਣਾ ਹੈ ਜਦੋਂ ਤੁਹਾਡਾ ਫਿਊਨਰਲ ਹੋਣਾ ਹੈ ਉਹਦੇ ਵਿੱਚ ਬਚਣਾ ਕੀ ਉਹ ਰਾਤ ਰੱਬ ਕੋਲ ਜਾਏਗੀ ਉਹ ਤੁਹਾਡਾ ਜਿਹੜੇ ਆਈਜ਼ ਹੈ ਉਹ ਤੁਹਾਡੀ ਰੱਬ ਕੋਲ ਆਈਜ਼ ਬਣ ਕੇ ਜਾਏਗੀ ਰਾਤ ਦੇ ਵਿੱਚੋਂ ਨਾਲ ਇੱਕ ਗੱਲ ਹੈ ਨਾ ਜਦੋਂ ਪਰਮਾਤਮਾ ਨੇ ਤੁਹਾਨੂੰ ਉਹਨੇ ਬਣਾਇਆ ਹੈ ਹਨਾ ਉਹਨੇ ਬਣਾਇਆ ਸੀ ਨਾ ਅੱਖਾਂ ਇਹ ਕਿਸੇ ਹੋਰ ਨੇ ਬਣਾਈਆਂ ਅੱਖਾਂ ਤੁਹਾਨੂੰ ਜਦੋਂ ਮਾਂ ਦੇ ਪੇਟ ਸੀ ਇੱਕ ਇੱਕ ਚੀਜ਼ ਨੂੰ ਘੜਿਆ ਪਰਮਾਤਮਾ ਨੇ ਤੇ ਜਦੋਂ ਤੁਹਾਡੀ ਹੁਣ ਬਾਅਦ ਚ ਮਿੱਟੀ ਬਣ ਗਈ ਤੇ ਉਸ ਮਿੱਟੀ ਤੋਂ ਵੀ ਤਾਂ ਘੜ ਸਕਦਾ ਦੁਬਾਰਾ ਫਿਰ ਉਹ ਹਨਾ ਉਹਨੇ ਉਹ ਦੁਬਾਰਾ ਵੀ ਤਾਂ ਘੜ ਸਕਦਾ ਸਭ ਤੋਂ ਵੱਡੀ ਚੀਜ਼ ਕਿ ਚਾਹੇ ਇਨਸਾਨ ਦੁਨੀਆ ਤੋਂ ਜੋ ਚਲਾ ਜਾਂਦਾ ਉਹਦੇ ਆਰਗਨਸ ਕਿਸੇ ਅੰਦਰ ਜਿਉਂਦੇ ਰਹਿੰਦੇ ਤੇ ਤੁਹਾਨੂੰ ਉਹਦੇ ਤੋਂ ਆਪਣੇ ਪਨ ਦਾ ਅਹਿਸਾਸ ਪਰ ਕੁਛ ਚੀਜ਼ਾਂ ਇਦਾਂ ਦੀਆਂ ਹੁੰਦੀਆਂ ਕੁਛ ਜਦੋਂ ਤੁਸੀਂ ਜਿਉਂਦੇ ਜੀ ਵੀ ਦੇ ਸਕਦੇ ਜਿਵੇਂ ਲੀਵਰ ਦੇ ਵਿੱਚੋਂ ਵੀ ਤੁਸੀਂ ਕੁਛ ਪਾਰਟ ਦੇ ਸਕਦੇ ਬਲੱਡ ਤਾਂ ਦੇ ਸਕਦੇ ਆ ਜਿਵੇਂ ਕਿਡਨੀ ਡੋਨੇਟ ਕਰ ਸਕਦੇ ਹੋ ਜਿਵੇਂ ਆਪਣੀ ਕਿਡਨੀ ਇਹਨਾਂ ਨੂੰ ਡੋਨੇਟ ਕੀਤੀ ਸੀਗੀ ਮੈਂ ਉਵੇਂ ਤੁਸੀਂ ਕੁਛ ਪਾਰਟ ਉੱਪਰ ਜਿਉਂਦੇ ਜੀ ਵੀ ਕਰ ਸਕਦੇ ਹੋ ਇਹਨਾਂ ਨਾਲ ਕੋਈ ਫਰਕ ਨਹੀਂ ਪੈਂਦਾ ਇਹਦੇ ਲਈ ਮੈਂ ਤੁਹਾਨੂੰ ਵਾਕਈ ਦਿਲੋਂ ਸਲਾਮ ਕਰਨਾ ਚਾਹੁੰਦੀ ਹਾਂ ਜਿਹੜੀ ਉਦਾਹਰਨ ਤੁਸੀਂ ਸਮਾਜ ਦੇ ਵਿੱਚ ਇੱਕ ਸੈੱਟ ਕਰ ਦਿੱਤੀ ਇਹਦੀ ਕੋਈ ਰੀਸ ਨਹੀਂ ਔਰ ਬਹੁਤ ਸਾਰੇ ਲੋਕਾਂ ਨੂੰ ਇਹਦੇ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਵਾਕਈ ਕਿਉਂਕਿ ਕਈ ਵਹਿਮ ਕਈ ਡਰ ਸਾਡੇ ਮਨਾਂ ਦੇ ਵਿੱਚ ਹੁੰਦੇ ਨੇ ਜਿਹੜੀ ਚੀਜ਼ ਬਾਰੇ ਪਤਾ ਨਾ ਹੋਵੇ ਹਨਾ ਪਰ ਤੁਸੀਂ ਉਹ ਕਰ ਦਿਖਾਇਆ ਔਰ ਇਹਦੇ ਲਈ ਵਾਕਈ ਤੁਹਾਨੂੰ ਸਲਾਮ ਹੈ ਹਾਂਜੀ ਬਹੁਤ ਭਾਵੁਕ ਹੋ ਜਾਈਦਾ ਸ਼ਬਦ ਨਹੀਂ ਲੱਭਦੇ ਖੈਰ ਇਹ ਦੱਸੋ ਕਿ ਬੱਚੇ ਕਿਵੇਂ ਅੱਗੇ ਵੱਧ ਰਹੇ ਆ ਦੋਵਾਂ ਪੁੱਤਾਂ ਦੇ ਬਾਰੇ ਕੋਈ ਜਾਣਕਾਰੀ ਦਿਓ ਵੀ ਕਿਹੜੇ ਕਿਹੜੇ ਕੰਮਾਂ ਦੇ ਵਿੱਚ ਮਸਰੂਫ ਆ ਕਿਉਂਕਿ ਮੈਨੂੰ ਪਤਾ ਵੀ ਇੱਕ ਜਣਾ ਤਾਂ ਗਿਟਾਰ ਵਜਾਉਣ ਵਾਲੀ ਕਮਾਲ ਹੀ ਕਰ ਦਿੰਦਾ ਸੱਚੀ ਤੇ ਮੈਨੂੰ ਪਤਾ ਵੀ ਦੋਵਾਂ ਨੂੰ ਸੰਗੀਤ ਦਾ ਸ਼ੌਕ ਹੈ ਪਰ ਵਿਸਥਾਰ ਦੇ ਨਾਲ ਤੁਸੀਂ ਦੱਸੋ ਇਹਨਾਂ ਨੇ ਦੋਨਾਂ ਨੇ 뮤직 ਦੀ ਪ੍ਰੋਡਕਸ਼ਨ ਇੰਜੀਨੀਅਰਿੰਗ ਕੀਤੀ ਹੈ ਟੋਰਾਂਟੋ ਤੋਂ ਔਰ ਬਾਕਾਇਦਾ ਬੇਸਿਕ ਸਾਰਾ ਪ੍ਰੋਡਕਸ਼ਨ ਦਾ ਸਿੱਖਿਆ ਇਹਨਾਂ ਦੋਨਾਂ ਨੇ ਔਰ ਇੱਕ ਸੋਫਟਵੇਅਰ ਦਾ ਇੱਕ ਹਾਰਡਵੇਅਰ ਦਾ ਤੇ ਉਸ ਤੋਂ ਇਲਾਵਾ ਇਹ
ਜਦੋਂ ਇੱਕ ਇਹ ਚੀਜ਼ਾਂ ਤਾਂ ਸਿਖਲਾਈ ਦੀਆਂ ਤਾਂ ਹੁੰਦੀਆਂ ਜਦੋਂ ਤੁਹਾਨੂੰ ਟੈਕਨੀਕ ਦੀ ਜ਼ਰੂਰਤ ਪਵੇ ਜੀ, ਅਦਰਵਾਈਜ਼ ਇੱਕ ਜੀਨਸ ਦੇ ਵਿੱਚ ਤੁਹਾਡੀ ਕੁਛ ਚੀਜ਼ ਆਉਣਾ, ਤੁਹਾਡੀ ਬਲੱਡ ਦੇ ਵਿੱਚ ਤੁਹਾਡਾ ਕੁਛ ਆਉਣਾ, ਕਿਉਂਕਿ ਜਦੋਂ ਅਸੀਂ ਭਾਈ ਮਰਦਾਨਾ ਦੀ ਬੰਸ ਨੂੰ ਬਿਲੋਂਗ ਕਰਦੇ ਹਾਂ ਤਾਂ ਰਾਗ ਤਾਂ ਹੁੰਦਾ ਹੀ ਹੈ ਬਲੱਡ ਦੇ ਵਿੱਚ, ਉਹ ਪ੍ਰੋਫੈਸ਼ਨਲੀ ਕਰੇ ਨਾ ਕਰੇ। ਇਸੇ ਤਰ੍ਹਾਂ ਸਾਰੰਗ ਅਤੇ ਅਲਾਪ, ਇਹ ਪਹਿਲਾਂ ਇੰਗਲਿਸ਼ ਗਾਉਂਦੇ ਰਹੇ ਬਹੁਤ ਜ਼ਿਆਦਾ, ਅਤੇ ਹੁਣ ਪੰਜਾਬੀ ਸਿੰਗਿੰਗ ਮੇਰੇ ਨਾਲ ਵੀ ਜਾਂਦੇ ਆ, ਆਪਣਾ ਇੰਡੀਪੈਂਡੈਂਟ ਇਹਨਾਂ ਦਾ ਇੱਕ ਬੈਂਡ ਵੀ ਹੈ, ਉਹਦੇ ਨਾਲ ਵੀ ਕਰਦੇ ਆ। ਪਰ ਹੁਣ ਜੇ ਇੱਕ ਸਾਰੰਗ ਦਾ ਇੱਕ ਬਹੁਤ ਵੱਡੀ ਵੈਬ ਸੀਰੀਜ਼ ਹਿੱਟ ਹੋਈ ਬਹੁਤ ਜ਼ਿਆਦਾ, ਜਿਹਦੇ 5 ਕਰੋੜ ਦੇ ਕਰੀਬ ਉਹਦੇ ਵਿਊਜ਼ ਯੂਟਿਊਬ 'ਤੇ ਯਾਰ ਜਿਗਰੀ ਕਸੂਤੀ ਡਿਗਰੀ, ਉਹਦੇ ਵਿੱਚ ਉਹਨੇ ਮਿਊਜ਼ਿਕ ਵੀ ਕੀਤਾ ਅਤੇ ਉਹਨੇ ਗਾਣਾ ਵੀ ਗਾਇਆ, ਅਤੇ ਉਸ ਕਰਕੇ ਉਹ ਇੰਨੀ ਪੂਰੇ ਵਰਲਡ ਦੇ ਵਿੱਚ ਇੰਨੀ ਚੱਲੀ, ਅਤੇ ਉਹਨੂੰ ਦੇਖ ਕੇ 5-7 ਸੀਰੀਜ਼ ਹੋਰ ਹੁਣ ਬਣ ਰਹੀਆਂ ਨੇ, ਉਹਦਾ ਮਿਊਜ਼ਿਕ ਵੀ ਕਰ ਰਿਹਾ, ਉਹ ਆਪਣੇ ਆਉਣ ਵਾਲਾ ਗਾਣਾ ਜਿਹੜਾ ਉਹਦਾ ਫਿਲਮਾਂ ਵੀ ਕਰ ਰਿਹਾ, ਫਿਲਮਾਂ ਵੀ ਕੀਤੀਆਂ ਨੇ, ਕਦੋਂ ਇੱਕ ਫਿਲਮ ਰਿਲੀਜ਼ ਹੋਣ ਵਾਲੀ ਆ ਉਹਦਾ ਵੀ ਮਿਊਜ਼ਿਕ, ਦੂਜੇ ਬੇਟੇ ਬਾਰੇ ਜਾਣਕਾਰੀ ਦੋਨਾਂ ਨੇ ਤੇ ਦੋਨੇ ਕਰਦੇ, ਅਲਾਪ ਵੀ ਮਤਲਬ ਕਿ ਦੋਨਾਂ ਨੇ ਰਲ ਕੇ ਇੱਕ ਦੋ ਫਿਲਮਾਂ ਹੈਗੀਆਂ ਨੇ ਜਿਨ੍ਹਾਂ ਦਾ ਦੋਨਾਂ ਨੇ ਮਿਲ ਕੇ ਮਿਊਜ਼ਿਕ ਕੀਤਾ, ਅਤੇ ਫਿਰ ਬਾਕੀ ਕੁਛ ਹੋਰ ਇੱਦਾਂ ਦੇ ਕੁਛ ਇਹਨਾਂ ਕੋਲ ਆਏ ਸੀਗੇ, ਜਿਵੇਂ ਚੈਨਲ ਸੀਗਾ MH1, ਉੱਥੇ ਕੁਛ ਪ੍ਰੋਗਰਾਮ ਸੀਗੇ, ਉਹ ਵੀ ਇਹਨਾਂ ਨੇ ਡਿਜ਼ਾਈਨ ਕੀਤੇ ਮਿਊਜ਼ਿਕ ਦੇ, ਅਤੇ ਉਹਦੇ ਵਿੱਚ ਦੋਨਾਂ ਨੇ ਕਾਫੀ ਅੱਛਾ, ਉਹ ਵੀ ਪਾਪੂਲਰ ਹੋਇਆ, ਲੋਕਾਂ ਨੇ ਪਸੰਦ ਬਹੁਤ ਕੀਤਾ। ਦੇਖੋ ਇਹ ਨਾ ਪਸੰਦ ਹੋਣਾ ਲਾਜ਼ਮੀ ਸੀ, ਕਿਉਂਕਿ ਇੱਕ ਤਾਂ ਖੂਨ ਦੀ ਮਾਰ, ਤੇ ਇੱਕ ਉਹਨਾਂ ਦੇ ਨਾਂ ਇੰਨੇ ਮਿਊਜ਼ੀਕਲ ਨੇ, ਇੱਕ ਘਰ ਦੇ ਵਿੱਚ ਸੰਗੀਤ ਦਾ ਮਾਹੌਲ ਹੈ, ਇੱਕ ਸਿੱਖਿਆ ਵੀ ਸੰਗੀਤ ਦੀ ਲਈ, ਇਹ ਬਹੁਤ ਵੱਡੀ ਚੀਜ਼। ਅਸੀਂ ਉਹਨਾਂ ਦੇ ਮੂੰਹ ਤੇ ਕਦੇ ਤਾਰੀਫ ਨਹੀਂ ਕਰਦੇ ਬੱਚਿਆਂ ਦੇ, ਕਿਉਂਕਿ ਜਦੋਂ ਤੁਸੀਂ ਕਿਸੇ ਦੀ ਤਾਰੀਫ ਕਰ ਦਿੰਦੇ ਫਿਰ ਉੱਥੇ ਖੜੋਤ ਹੋ ਜਾਂਦੀ ਹੈ। ਅਸੀਂ ਕਦੇ ਨਾ ਉਹਨਾਂ ਕਹਿੰਦੇ ਤੁਸੀਂ ਵੀ ਬਹੁਤ ਵਧੀਆ, ਅਸੀਂ ਹਾਂਜੀ ਬਹੁਤ ਵਧੀਆ, ਠੀਕ ਹੈ, ਤੁਸੀਂ ਬਹੁਤ ਮਿਹਨਤ ਕਰੋ ਜੀ, ਫਿਰ ਅਸੀਂ, ਪਰ ਹੁਣ ਉਹ ਸਾਡੇ ਕੋਲ ਹੈ ਨਹੀਂ ਇਸ ਟਾਈਮ, ਇਸ ਕਰਕੇ ਮੈਂ ਗੱਲ ਕਰ ਰਹੀ ਹਾਂ। ਜਿਵੇਂ ਬਜ਼ੁਰਗ ਜਿਹੜੇ ਹੁੰਦੇ ਆ ਉਹ ਬੱਚੇ ਦਾ ਨਾਮ ਗੁਰਮੁਖ ਰੱਖਦੇ ਆ ਜੀ, ਜਾਂ ਕੁਛ ਵੀ ਇੱਦਾਂ ਦਾ ਸੋਹਣਾ ਜਿਹਾ ਨਾਮ ਰੱਖਦੇ ਆ, ਕਿਉਂਕਿ ਜੇ ਬੰਦਾ ਵੱਡਾ ਹੋ ਕੇ ਕੁਛ ਇੱਦਾਂ ਦੇ ਕਰਮ ਵੀ ਕਰਨਾ ਚਾਹੇ ਤਾਂ ਆਪਣੇ ਨਾਮ ਦੀ ਸ਼ਰਮ ਆ ਜਾਂਦੀ, ਤੇ ਅਸੀਂ ਜਦੋਂ ਇਹਨਾਂ ਦੇ ਨਾਮ ਰੱਖੇ ਸਾਰੰਗ, ਸਾਰੰਗ ਰਾਗ ਹੈ ਜੀ, ਤਿੰਨ ਰਾਗਾਂ ਦਾ ਨਾਮ ਸਾਰੰਗ ਹੈ, ਇੱਕ ਸਾਰੰਗ ਮਧਮਤ ਸਾਰੰਗ, ਬ੍ਰਿੰਦਾਵਨੀ ਸਾਰੰਗ ਅਤੇ ਸ਼ੁੱਧ ਸਾਰੰਗ, ਅਤੇ ਇਹ ਜਿਹੜਾ ਅਲਾਪ ਹੈ ਇਹ ਆਪਾਂ ਸਾਰੰਗ ਦੇ ਮੂਹਰੇ ਜਾਂ ਕਿਸੇ ਵੀ ਰਾਗ ਦੇ ਮੂਹਰੇ ਜਿਵੇਂ ਆਪਾਂ ਕਰਦੇ ਹਾਂ, ਸ ਨੇ ਸਰ ਨੇ ਸਰ ਇਹਨੂੰ ਕਹਿੰਦੇ ਅਲਾਪ, ਅਤੇ ਉਹ ਰਾਗ ਹੈ ਉਹ ਅਲਾਪ ਹੈ, ਵਾਹ, ਨਾ ਰਾਗ ਤੋਂ ਬਿਨਾਂ ਅਲਾਪ ਹੈ, ਮੈਂ ਅਸੀਂ ਸੋਚਿਆ ਵੀ ਇਹ ਇੰਗਲਿਸ਼ ਗਾਉਂਦੇ ਨੇ ਵੀ ਕਿਤੇ ਗੋਰਿਆਂ ਵਾਲੀ ਨਾ ਲੰਘ ਜਾਣਾ, ਇਹ ਟੋਟਲ ਇੰਗਲਿਸ਼ ਗਾਉਂਦੇ, ਉੱਥੇ ਉਹਨਾਂ ਨੇ ਬੈਂਡ ਬਣਾਇਆ ਸੀ ਨਾ, ਉੱਥੇ ਇੰਗਲਿਸ਼ ਸ਼ੋਜ਼ ਕਰਦੇ ਸੀਗੇ ਜੀ, ਵਧੀਆ, ਅਸੀਂ ਚਾਹੁੰਦੇ ਸੀ ਇਹ ਸਾਡੇ ਵੀ ਇੰਡੀਅਨ ਜਿਹੜਾ ਮਿਊਜ਼ਿਕ ਸਾਡਾ ਹੈਗਾ ਹੈ ਕਲਾਸੀਕਲ ਜਾਂ ਆਪਣਾ ਫੋਕ ਹੈਗਾ ਪੰਜਾਬ ਦਾ ਵੀ, ਉਹ ਵੀ ਇਹਨਾਂ ਨੂੰ ਗਾਉਣਾ ਚਾਹੀਦਾ ਹੈ ਜੀ, ਤੇ ਪਰ ਹੁਣ ਉਹ ਵੀ ਨਾਲ ਨਾਲ ਸਿੱਖ ਰਹੇ ਨੇ, ਤੇ ਬਹੁਤ ਕਮਾਲ ਹੈ ਭੈਣ ਜੀ, ਤੁਹਾਡੀ ਉੱਚੀ ਤੇ ਸੁੱਚੀ ਸੋਚ ਨੂੰ ਸਲਾਮ ਆ, ਤੁਹਾਡੇ ਦੋਨੋਂ ਨਿਆਣੇ ਜਿਹੜੇ ਦੋਵੇਂ ਪੁੱਤ ਉਹ ਤੁਹਾਡੀ ਪੈਰ ਦੇ ਵਿੱਚ ਪੈਰ ਇਵੇਂ ਧਰ ਕੇ ਅੱਗੇ ਤੋਂ ਅੱਗੇ ਤੋਂ ਅੱਗੇ ਵੱਧਦੇ ਰਹਿਣ, ਇਹ ਅਸੀਂ ਅਰਦਾਸ ਕਰਦੇ ਹਾਂ। ਤੇ ਜਾਂਦੇ ਜਾਂਦੇ ਨਾ ਇੱਕ ਆਪਣਾ ਪਸੰਦੀਦਾ ਸਵਾਲ ਪੁੱਛ ਲਓ ਜੀ, ਹੁਣ ਸਾਡੇ ਪਸੰਦੀਦਾ ਸਵਾਲ ਦੀ ਵਾਰੀ ਹੈ ਵੀ ਤੁਹਾਨੂੰ ਚੱਜ ਦਾ ਵਿਚਾਰ ਚਾ ਕੇ ਕਿਵੇਂ ਦਾ ਲੱਗਿਆ? ਬਹੁਤ ਵਧੀਆ ਲੱਗਿਆ, ਕਿਉਂਕਿ ਚੱਜ ਦੇ ਥਾਂ ਤੇ ਆ ਕੇ ਬੰਦਾ ਚੱਜ ਦੀਆਂ ਗੱਲਾਂ ਕਰਦਾ ਤੇ ਉਹਨੂੰ ਚੱਜ ਆਉਂਦਾ ਕੁਛ ਕਹਿਣ ਦਾ, ਤੇ ਇਸ ਕਰਕੇ ਇਸ ਪ੍ਰੋਗਰਾਮ ਨੂੰ ਦੇਖ ਕੇ ਜਿਹੜੇ ਸਾਡੇ ਇਸ ਟਾਈਮ ਦਰਸ਼ਕ ਦੇਖਦੇ ਨੇ ਉਹ ਵੀ ਬਹੁਤ ਚੱਜ ਵਾਲੇ ਨੇ, ਚੱਜ ਦੀ ਸੋਚ ਰੱਖਦੇ ਨੇ, ਤਾਂ ਹੀ ਇਸ ਪ੍ਰੋਗਰਾਮ ਨਾਲ ਜੁੜੇ ਹੋਏ ਨੇ ਉਹ, ਕਿਉਂਕਿ ਕਾਫੀ ਸਾਰੇ ਪ੍ਰੋਗਰਾਮ ਨੇ ਅੱਜ ਦਾ ਵਿਚਾਰ ਅੱਜ ਦਾ ਵਿਚਾਰ ਤਾਂ ਮਾੜਾ ਵੀ ਹੋ ਸਕਦਾ, ਪਰ ਚੱਜ ਦਾ ਵਿਚਾਰ ਤਾਂ ਚੱਜ ਦਾ ਹੀ ਹੋਏਗਾ। ਸੋ ਜਦੋਂ ਤੁਸੀਂ ਜਿਵੇਂ ਬੱਚਿਆਂ ਦੇ ਨਾਮ ਦੀ ਗੱਲ ਕੀਤੀ, ਮੈਂ ਪ੍ਰੋਗਰਾਮ ਦਾ ਨਾਮ ਵੀ ਜਿਹੜਾ ਨਾ ਬਹੁਤ ਕਾਊਂਟ ਕਰਦਾ, ਤੁਸੀਂ ਜਦੋਂ ਵੀ ਕੋਈ ਪ੍ਰੋਗਰਾਮ ਉੱਥੇ ਹੋਸਟ ਕਰੋਗੇ, ਜਦੋਂ ਕਿਸੇ ਵੀ ਕਲਾਕਾਰ ਨੂੰ ਲੈ ਕੇ ਆਓਗੇ, ਕਿਸੇ ਐਸੇ ਬੰਦੇ ਪੋਲੀਟੀਸ਼ੀਅਨ ਨੂੰ ਲੈ ਕੇ ਆਓਗੇ, ਤਾਂ ਤੁਹਾਨੂੰ ਇਹ ਜ਼ਰੂਰ ਯਾਦ ਰਹੇਗਾ ਇਹ ਪ੍ਰੋਗਰਾਮ ਦਾ ਨਾਮ ਚੱਜ ਦੀ ਗੱਲ ਹੋਣੀ ਹੈ, ਇੱਥੇ ਕੁਛ ਹੋਰ ਨਹੀਂ ਹੋਣਾ, ਤੇ ਉਹ ਜਿਹੜੇ ਤੁਹਾਡੇ ਕੈਮਰਾਮੈਨ ਨੇ ਉਹ ਸਾਨੂੰ ਇਸ਼ਾਰੇ ਤੇ ਇਸ਼ਾਰਾ ਕਰ ਰਹੇ ਨੇ
ਤੁਸੀਂ ਆਪਣੀ ਗੱਲ ਨੂੰ ਲਪੇਟੋ ਤੇ ਸਮੇਟੋ ਤੇ ਸਰੋਤਿਆਂ ਨੂੰ ਕਹੋ ਸਤਿ ਸ੍ਰੀ ਅਕਾਲ ਤੇ ਦੁਆਵਾਂ ਲਈਏ ਆਪਾਂ ਸਰੋਤਿਆਂ ਤੋਂ ਤੇ ਦੁਆਵਾਂ ਦਈਏ ਇਹਨਾਂ ਨੂੰ ਤੇ ਮੇਰੇ ਪੰਜਾਬੀ ਭਰਾਓ ਮੇਰੇ ਸਰੋਤਿਓ ਮੇਰੇ ਚਾਹੁਣ ਵਾਲਿਓ ਤੁਸੀਂ ਜਿੱਥੇ ਵੀ ਵਰਡ ਦੇ ਵਿੱਚ ਬੈਠੋ ਸਾਡੇ ਚਾਹੁਣ ਵਾਲਿਓ ਸਾਡੇ ਪਿਆਰਿਓ ਤੁਸੀਂ ਜਿੱਥੇ ਵੀ ਰੋਟੀ ਰੋਟੀ ਲਈ ਬੈਠੋ ਤੁਸੀਂ ਚੜ੍ਹਦੀ ਕਲਾ ਚ ਰਹੋ ਪਰਮਾਤਮਾ ਕਰੇ ਤੁਹਾਨੂੰ ਪੰਜਾਬੀ ਮਾਂ ਬੋਲੀ ਨਾ ਭੁੱਲੇ ਤੁਹਾਡੇ ਬੱਚੇ ਤੁਹਾਨੂੰ ਨਾ ਭੁੱਲਣ ਤੇ ਆਪਣੀ ਪੰਜਾਬੀ ਮਾਂ ਬੋਲੀ ਨਾ ਭੁੱਲਿਓ ਤੇ ਤੁਸੀਂ ਜਿੱਥੇ ਵੀ ਰਹੋ ਤੰਦਰੁਸਤ ਰਹੋ ਚੜ੍ਹਦੀ ਕਲਾ ਚ ਰਹੋ ਜੀ ਹੁਣ ਅਸੀਂ ਚੱਲਦੇ ਹਾਂ ਜੀ ਪ੍ਰਤੀਕਿਰਿਆ ਆਪਣੀ ਜ਼ਰੂਰ ਸਾਡੇ ਤੇ ਪਹੁੰਚਾਇਓ ਫਿਲਹਾਲ ਦੇ ਲਈ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਉਹ ਦੀ ਹਾਜ਼ਰ ਹੈ ਜੱਜ ਦਾ ਵਿਚਾਰ